ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਵੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ ਬਲੌਗਸ ਨੇ ਜਿਹੜੇ ਮਤਲਬ ਖਾਸ ਕਰਕੇ ਜਿਹੜੇ ਮੈਰਿਡ ਕਪਲ ਬਣਾਉਂਦੇ ਆ ਜਦੋਂ ਵਿਆਹ ਤੋਂ ਮਤਲਬ ਮਹੀਨਾ ਬਾਅਦ ਹੀ ਜਾਂ ਵਿਆਹ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਕਹਿੰਦੇ ਉਹਨਾਂ ਦਾ ਲੋਕਾਂ ਦੀ ਜ਼ਿੰਦਗੀ ਤੇ ਇੰਨਾ ਅਸਰ ਹੋ ਰਿਹਾ ਕਿ ਬਾਕੀ ਦੇ ਜਿਹੜੇ ਵਿਆਹੁਤਾ ਜੋੜੇ ਨੇ ਉਹ ਸਮਝਦੇ ਨੇ ਕਿ ਸਾਡੀ ਜ਼ਿੰਦਗੀ ਚ ਰੋਮਾਂਸ ਨਹੀਂ ਬਲੌਗਸ ਜਿਹੜੇ ਸੀਗੇ ਉਹ ਇੱਕ ਮਾਡਰਨ ਮੀਡੀਆ ਟੈਕਨੀਕ ਸੀ ਦਾ ਪਰ ਪਰਪਸ ਉਹਨਾਂ ਦਾ ਵੀ ਸੇਮ ਹੀ ਸੀਗਾ ਇਨਫੋਰਮੇਸ਼ਨ ਪਲੱਸ ਐਂਟਰਟੇਨਮੈਂਟ ਹੈ ਨਾ ਹੁਣ ਜਿਹੜੇ ਬਲੌਗਸ ਨੇ ਉਹ ਨਿੱਜੀ ਜ਼ਿੰਦਗੀ ਨੂੰ ਦਿਖਾਉਣਾ ਮੈਨੂੰ ਨਹੀਂ ਲੱਗਦਾ ਕਿਉਂ ਬਲੌਗਿੰਗ ਆ ਮੈਨੂੰ ਲੱਗਦਾ ਕਿ ਸੱਚੀ ਨਿੱਜ ਤੇ ਦੁਨੀਆ ਨੂੰ ਦਿਖਾਉਣ ਚ ਤੋਂਨਾਂ ਚੀਜ਼ਾਂ ਚ ਫਰਕ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਦਿਖਾਈ ਜਾ ਸਕਦੀ ਆ ਤੇ ਕਿਹੜੀ ਨਹੀਂ ਹਨਾ ਆਸਟ੍ਰੇਲੀਅਨ ਮੁੰਡਾ ਜਿਹੜਾ ਉਹ ਦਿਖਾਉਂਦਾ ਕਿ ਜੇ ਤੁਹਾਡੇ ਕੋਲ ਮਤਲਬ 5 ਡਾਲਰ ਵੀ ਨਹੀਂ ਤਾਂ ਤੁਸੀਂ ਕਿਦਾਂ ਇਸ ਚੀਜ਼ ਨਾਲ ਹਨਾ ਸਫਰ ਕਰਨਾ ਜਿਹੜਾ ਆਪਣੀ ਰੁਝਾਨ ਚੱਲ ਰਿਹਾ ਆਪਣੇ ਬਹੁਤ ਰੁਝਾਨ ਬਲੌਗਸ ਦਾ ਪਤਾ ਕਿਉਂ ਚਲਿਆ ਕਿਉਂਕਿ ਇਥੋਂ ਨਾ ਈਜ਼ੀ ਮਨੀ ਮੇਕਿੰਗ ਸਾਨੂੰ ਲੱਗਣ ਲੱਗਿਆ ਤਲਾਕ ਦੀ ਵਜ੍ਹਾ ਇੰਨੀ ਛੋਟੀ ਬਣ ਗਈ ਆ ਕਿ ਬਿਲਕੁਲ ਉਹੀ ਰੀਜ਼ਨ ਕਿ ਅਸੀਂ ਖਰੀਦ ਸਾਡਾ ਘਰ ਵਾਲਾ ਸਾਡੇ ਨਾਲ ਖਰੀਦਦਾਰੀ ਨਹੀਂ ਕਰਦਾ ਅਸੀਂ ਬਾਹਰ ਘੁੰਮਣ ਨਹੀਂ ਜਾਂਦੇ ਉਹ ਮਤਲਬ ਮੈਨੂੰ ਇਸ ਤਰੀਕੇ ਨਾਲ ਪਿਆਰ ਨਹੀਂ ਜਿਤਾਉਂਦਾ ਕਈ ਵਾਰੀ ਮੈਂ ਇੱਕ ਦੋ ਬਲੌਗਸ ਜਿਵੇਂ ਆਪਾਂ ਚੀਜ਼ਾਂ ਜਾਣਨ ਦੇ ਲਈ ਵੀ ਦੇਖਦੇ ਆ ਹਨਾ ਤੇ ਮੈਂ ਹੈਰਾਨ ਹੁੰਨੀ ਹੁੰਨੀ ਆ ਵੀ ਇਹ ਇੰਨੀ ਸ਼ਾਪਿੰਗ ਇੰਨੇ ਕੱਪੜੇ ਲੈਂਦੇ ਕਿਵੇਂ ਹੋਣਗੇ ਤੇ ਸਤੁਰਨ ਨੂੰ ਇਹਨੀਆਂ ਦਿਨ ਨੂੰ ਸਾਹਮਦੇ ਕਿਵੇਂ ਹੋਣਗੇ ਹਾਂ ਬਿਲਕੁਲ ਆਪਾਂ ਘੁੰਮਣ ਜਾਂਦੇ ਆ ਆਪਣੇ ਮਨ ਦੀ ਸ਼ਾਂਤੀ ਲਈ ਹਨਾ ਉਹ ਮਤਲਬ ਬਲੌਗ ਬਣਾਉਣ ਲਈ ਘੁੰਮਣ ਜਾਂਦੇ ਆ ਕਿ ਇਹ ਸਾਡੇ ਬਲੌਗ ਦਾ ਇੱਕ ਪਾਰਟ ਆ ਜੇ ਤੁਸੀਂ ਐਂਟਰਟੇਨਮੈਂਟ ਲਈ ਦੇਖ ਰਹੇ ਹੋ ਤਾਂ ਸਿਰਫ ਉਵੇਂ ਹੀ ਦੇਖੋ ਉਸ ਤੋਂ ਬਾਅਦ ਉਹਨੂੰ ਭੁੱਲ ਜਾਓ ਪਰ ਕਹਿੰਦੇ ਇੱਧਰ ਮੈਕਸਿਮਮ ਲੋਕੀ ਨਾ ਸਾਰਾ ਘਰ ਦਿਖਾ ਦੇਣਗੇ ਪਰ ਬੈੱਡਰੂਮ ਨਹੀਂ ਦਿਖਾਉਂਦੇ ਤੇ ਨਾ ਹੀ ਕਿ ਮਤਲਬ ਜਿਹੜੇ ਇੱਧਰਲੇ ਲੋਕੀ ਨੇ ਵੀ ਉਹ ਕਿਸੇ ਦਾ ਬੈਡਰੂਮ ਇਦਾਂ ਜਾ ਕੇ ਖੋਲਦੇ ਨੇ ਹਨਾ ਜਿਵੇਂ ਅਸੀਂ ਅੱਜ ਮੱਥਾ ਟੇਕਣ ਜਾ ਰਹੇ ਹਾਂ ਅੱਜ ਅਸੀਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਅਸੀਂ ਕਰ ਇੱਕ ਤਨੂ ਤੋੜ ਰਹੇ ਹਾਂ ਨਹੀਂ ਅਸੀਂ ਅਫਸੋਸ ਵੀ ਕਰਨ ਜਾ ਰਹੇ ਹਾਂ ਅੱਜ ਅਸੀਂ ਅਫਸੋਸ ਕਰਨ ਜਾ ਰਹੇ ਹਾਂ ਹਨਾ ਉਹ ਚੀਜ਼ਾਂ ਮੈਨੂੰ ਲੱਗਦੀਆਂ ਹੁੰਦੀਆਂ ਨੇ ਕਿ ਉਹ ਕਿਸੇ ਨੂੰ ਦਿਖਾਉਣ ਦੇ ਲਈ ਜ਼ਰੂਰੀ ਨਹੀਂ ਕੱਲ ਨੂੰ ਤੁਹਾਨੂੰ ਕੋਈ ਇੱਕ ਵੀ ਪੱਦਾ ਕਮੈਂਟ ਕਰ ਜੂ ਫਿਰ ਤੁਹਾਨੂੰ ਮਤਲਬ ਆਪਾਂ ਕਹਿੰਦੇ ਸਾਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਵੀ ਤੁਸੀਂ ਘਰ ਕਿਵੇਂ ਦਿੱਤਾ ਨਾ ਤੋਂ ਜ਼ਿਆਦਾ ਸ਼ਿਕਾਇਤ ਮੈਨੂੰ ਉਹਨਾਂ ਮਾਪੇ ਦੇ ਨਾਲ ਆ ਜਿਨ੍ਹਾਂ ਨੇ ਆਪਦੇ ਨੇ ਇੰਨੇ ਇੰਨੇ ਸਕੂਲ ਜਾਂਦੇ ਨਿਆਣਿਆਂ ਦੇ ਵੀ ਉਹਨਾਂ ਨੇ ਬਲੌਗ ਸ਼ੁਰੂ ਕੀਤੇ ਹੋਏ ਨੇ ਜਿਹੜੀ ਸਿਰਫ ਇਹ ਹੀ ਦੱਸਦੀ ਹੈ ਵੀ ਸਵੇਰੇ ਉੱਠ ਕੇ ਮੈਂ ਚਾਹ ਬਣਾਉਣੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਨਾਸ਼ਤਾ ਦਿੰਨੇ ਹੁਣ ਮੇਰੇ ਪਤੀ ਘਰੇ ਆ ਗਏ ਹੁਣ ਉਹ ਬਾਹਰ ਚਲੇ ਗਏ ਮੈਨੂੰ ਲੱਗਦਾ ਵੀ ਸੇਮ ਸਾਰਾ ਕੁਝ ਸਾਰੇ ਦਿਨ ਚਾਪਾ ਕਰਦੇ ਆ ਨਾ ਪਰ ਇਹ ਵੀ ਦੇਖੋ ਵੀ ਤੁਸੀਂ ਸਿਰਫ ਜਿਹੜਾ ਆਪਣੀ ਕੰਟੀਨਿਊਟੀ ਜਾਂ ਸਿਰਫ ਤੁਸੀਂ ਆਪਣੀ ਮਨੀ ਅਰਨਿੰਗ ਦੇ ਲਈ ਕਰ ਰਹੇ ਹੋ ਉਹ ਇੱਕ ਆਮ ਬੰਦੇ ਦੇ ਉੱਪਰ ਕਿੰਨਾ ਦਾ ਅਸਰ ਪਾ ਰਿਹਾ ਵਾ ਹਨ ਅੱਗੇ ਤੋਂ ਨੂੰ ਯਾਦ ਹੈ ਕਿ ਆਪਣੇ ਪਰਿਵਾਰਾਂ ਚ ਜਿਹੜੇ ਆਪਣੇ ਘਰਾਂ ਦਾ ਬਣਾਉਣ ਦਾ ਤਰੀਕਾ ਹੁੰਦਾ ਸੀ ਇੱਕ ਬੈਠਕ ਹੁੰਦੀ ਸੀ ਹੈ ਨਾ ਵੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਅਣਜਾਣ ਬੰਦਾ ਉਹ ਘਰ ਚ ਨਹੀਂ ਆਊਗਾ ਹਨ ਤੇ ਹੁਣ ਲੋਕ ਬੈਡਰੂਮ ਤੱਕ ਵੀ ਦਿਖਾਈ ਜਾਂਦੇ ਆ ਤਾਂ ਇੱਥੋਂ ਸਾਨੂੰ ਸਿੱਖਣਾ ਚਾਹੀਦਾ ਕਿ ਜਿਹੜਾ ਸੋਸ਼ਲ ਮੀਡੀਆ ਵਾ ਨਾ ਉਹਦੇ ਲਈ ਵੀ ਉਹਨਾਂ ਨੇ ਇੱਕ ਏਜ ਤੈਅ ਕੀਤੀ ਹੋਈ ਹੈ ਉਮਰ ਤੈਅ ਕੀਤੀ ਹੋਈ ਹੈ ਵੀ ਇਸ ਤੋਂ ਇਸ ਉਮਰ ਤੋਂ ਘੱਟ ਦਾ ਬੰਦਾ ਜਿਹੜਾ ਉਹ ਸੋਸ਼ਲ ਮੀਡੀਆ ਨਹੀਂ ਚਲਾ ਸਕਦਾ ਇੱਕ ਜਿਵੇਂ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਆ ਕਹਿੰਦੇ ਵੀ ਅੱਜਕੱਲ ਜਦੋਂ ਮੁੰਡੇ ਕੁੜੀ ਦਾ ਵਿਆਹ ਹੋਇਆ ਕਰੂ ਵੀ ਸਭ ਤੋਂ ਅਹਿਮ ਸਵਾਲ ਇਹ ਹੋਇਆ ਕਰੂਗਾ ਵੀ ਭੈਣ ਜੀ ਤੁਹਾਡੇ ਨੋ ਦਾ ਚੈਨਲ ਮੋਨਟਾਈਜ਼ ਹੋ ਗਿਆ ਸ਼੍ਰੀਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਗੱਲ ਤੇ ਗੱਲ 'ਚ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਅਸੀਂ 21ਵੀਂ ਸਦੀ ਦੇ ਲੋਕ ਆ ਇਸ ਸਦੀ ਦੌਰਾਨ ਲੋਕਾਂ ਦੇ ਰਹਿਣ ਸਹਿਣ ਬਹੁਤ ਸਾਰੀਆਂ ਚੀਜ਼ਾਂ 'ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ ਵਿਚਾਰਾਂ 'ਚ ਬਹੁਤ ਸਾਰੀ ਤਬਦੀਲੀ ਅਸੀਂ ਮਹਿਸੂਸ ਕਰਦੇ ਆ ਪਰ ਪਿਛਲੇ 5 ਕੋਸਾਲਾਂ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਨੇ ਜੜੀਆਂ ਉਹ ਵੇਖੀਆਂ ਨੇ ਤੇ ਇਹਦੀ ਵਜ੍ਹਾ ਹੈ ਜਿਹੜੀ ਲੋਕ ਉਹ ਅਕਸਰ ਫੋਨ ਨੂੰ ਕਹਿੰਦੇ ਹੁੰਦੇ ਨੇ ਕਿ ਮੋਬਾਈਲ ਆ ਜਿਹੜਾ ਉਹਨੇ ਜ਼ਿੰਦਗੀ ਨੂੰ ਇੱਕਦਮ ਪਲਟਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਸਮਝਦੇ ਨੇ ਕਿ ਤੁਹਾਡੇ ਕਾਰੋਬਾਰ ਤੁਹਾਡੇ ਰਿਸ਼ਤੇ ਇਹ ਸਾਰੀਆਂ ਚੀਜ਼ਾਂ ਤੁਹਾਡੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਨੇ ਤੇ ਇਹਨੂੰ ਨਿੱਜ ਚ ਹੀ ਰਹਿਣਾ ਚਾਹੀਦਾ ਪਰ ਹੁਣ ਇੱਕ ਨਵਾਂ ਕੀਤਾ ਚੱਲਿਆ ਜਿਹਨੂੰ ਅਸੀਂ ਬਲੌਗਸ ਕਹਿੰਦੇ ਆ ਉਹਨਾਂ ਨੇ ਸਾਨੂੰ ਇਹ ਦਿਖਾਇਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਨਿੱਜੀ ਜ਼ਿੰਦਗੀ ਚੋਂ ਨਿਕਲ ਕੇ ਅਸੀਂ ਲੋਕਾਂ ਨੂੰ ਦਿਖਾ ਕੇ ਜ਼ਿਆਦਾ ਖੁਸ਼ ਹੁੰਨੇ ਆ ਕੋਈ ਵੀ ਬੰਦਾ ਕੋਈ ਵੀ ਕੀਤਾ ਕਰਦਾ ਉਹ ਮਾੜਾ ਨਹੀਂ ਹੋ ਸਕਦਾ ਪਰ ਇੰਨਾ ਬਲੌਗਸ ਨੂੰ ਦੇਖ ਕੇ ਸਾਡੇ ਵਰਗੇ ਆਮ ਲੋਕ ਨੇ ਜਿਹੜੇ ਉਹ ਅਕਸਰ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ ਕਿ ਅਸੀਂ ਇਹੀ ਚੀਜ਼ਾਂ ਨੂੰ ਸੱਚਾਈ ਮੰਨਣ ਲੱਗ ਜਾਂਦੇ ਆ ਜਦੋਂ ਕੋਈ ਬਲੌਗਰ ਮੁਹੱਬਤ ਦੀਆਂ ਵੀਡੀਓਜ਼ ਬਣਾਉਂਦਾ ਕਿਤੇ ਘੁੰਮਣ ਦੀਆਂ ਵੀਡੀਓਜ਼ ਬਣਾਉਂਦਾ ਜਾਂ ਫਿਰ ਬਹੁਤ ਸਾਰੀ ਖਰੀਦਦਾਰੀ ਦੀਆਂ ਵੀਡੀਓਜ਼ ਅਸੀਂ ਦੇਖਦੇ ਆਂ ਤਾਂ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਆ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਖਣੀ ਆ ਪਰ ਅਸਲੀਅਤ ਬਿਲਕੁਲ ਵੱਖਰੀ ਹੁੰਦੀ ਹੈ ਜ਼ਿੰਦਗੀ ਸਭ ਦੀ ਇੱਕੋ ਜਿਹੀ ਹੁੰਦੀ ਆ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਜਾਂ ਨਹੀਂ ਜਦੋਂ ਅਸੀਂ ਪ੍ਰਭਾਵਿਤ ਹੁੰਨੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਹੋ ਜੀਆਂ ਮੁਸ਼ਕਲਾਂ ਆਉਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੇ ਅੱਪ ਅੱਜ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਗੁਰਦੀਪ ਦਾ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਗੁਰਦੀਪ ਜੀ ਸਤਿ ਸ਼੍ਰੀ ਅਕਾਲ ਪਣੀ ਕਿਵੇਂ ਹੋ ਵਧੀਆ ਠੀਕ ਠਾਕ ਤੁਸੀਂ ਸੁਣਾਓ ਵੀ ਵਧੀਆ ਸੁਣਾ ਵੇਸ਼ਾ ਛੇੜੇ ਅੱਜ ਤੁਸੀਂ ਹਨਾ ਪਰ ਮੈਂ ਪਹਿਲਾਂ ਅੱਜ ਫੇਰ ਤੁਹਾਨੂੰ ਇੱਕ ਸਵਾਲ ਪੁੱਛੂੰਗੀ ਅੱਛਾ ਕਿ ਆਪਾਂ ਦੋ ਤਿੰਨ ਦਿਨ ਪਹਿਲਾਂ ਮੱਚ ਲਗੇ ਸੀ ਤੁਸੀਂ ਬਲੌਗ ਕਿਉਂ ਨਹੀਂ ਬਣਾਇਆ ਮੈਂ ਸੱਚੀ ਗੱਲ ਦੱਸਾਂ ਮੈਂ ਨਾ ਜਦੋਂ ਆਪਾਂ ਜਾਣਾ ਸੀ ਕਿ ਮੇਰੇ ਮਨ 'ਚ ਵੀ ਸਵਾਲ ਸੀਗਾ ਵੀ ਇੰਨੀ ਕਿੱਡੀ ਗੱਲ ਹੋ ਗਈ ਵੀ ਆਪਾਂ ਬਲੌਗ ਬਣਾ ਲੈਨੇ ਆ ਹਨਾ ਵੀ ਨਾਲੀ ਚੋਲੇ ਇੱਕ ਮੈਮਰੀ ਰਹਿ ਜਾਂਦੀ ਆ ਵੀ ਆਪਾਂ ਇੱਕ ਬਲੌਗ ਬਣਾ ਲੈਨੇ ਆ ਆਪਣਾ ਵੀ ਆਪਣੀ ਯਾਦ ਵਾਸਤੇ ਉਹ ਪਹਿਲਾਂ ਤਾਂ ਮੈਂ ਘਰੋਂ ਸ਼ੁਰੂ ਕਰਨ ਨਾ ਭੁੱਲ ਗਈ ਹੈਨਾ ਫਿਰ ਉਸ ਤੋਂ ਬਾਅਦ ਬੱਸ ਸਟੈਂਡ ਤੇ ਜਾ ਕੇ ਸ਼ੁਰੂ ਕੀਤਾ ਫਿਰ ਨਾ ਅੱਧੇ ਗੇ ਰਸਤੇ ਤੇ ਜਾ ਕੇ ਪਰਮਾਣੂ ਤੱਕ ਪਰਮਾਣੂ ਤੱਕ ਬੰਦ ਕਰਤਾ ਆਪਾਂ ਕਿਉਂਕਿ ਮੈਨੂੰ ਐ ਲੱਗੀ ਜਾਂਦਾ ਸੀਗਾ ਵੀ ਮੇਰਾ ਧਿਆਨ ਸਾਰਾ ਇਹੀ ਆ ਵੀ ਮੈਂ ਕੈਪਚਰ ਕਰਨਾ ਆ ਤੇ ਜਿਹੜਾ ਆਪਾਂ ਮੇਨ ਕੰਮ ਲਈ ਗਏ ਸੀ ਵੀ ਆਪਾਂ ਤਾਂ ਆਨੰਦ ਲੈਣ ਗਏ ਸੀ ਘੁੰਮਣ ਗਏ ਸੀ ਦੋ ਦਿਨ ਦੀ ਛੁੱਟੀ ਮਨਾਉਣ ਗਏ ਸੀ ਮੈਨੂੰ ਲੱਗਿਆ ਵੀ ਉਹ ਚੀਜ਼ ਨਹੀਂ ਹੋ ਰਹੀ ਹੈਗੀ ਇਹ ਤਾਂ ਮਤਲਬ ਮੇਰਾ ਸਾਰਾ ਧਿਆਨ ਏਸੀ ਚੀਜ਼ ਚ ਲੱਗਿਆ ਹੋਇਆ ਵੀ ਮੈਂ ਆਵੀ ਸ਼ੂਟ ਕਰ ਲਾਂ ਆਵੀ ਸ਼ੂਟ ਕਰ ਲਾਂ ਹਨ ਜਿਵੇਂ ਉਹ ਕਈ ਵਾਰੀ ਜਿਹੜੀਆਂ ਚੀਜ਼ਾਂ ਤੁਸੀਂ ਅੱਖੀਂ ਦੇਖਦੇ ਹੋ ਕੈਮਰੇ 'ਚ ਉਹਨੀਆਂ ਸੋਹਣੀਆਂ ਨਹੀਂ ਵੀ ਆਉਂਦੀਆਂ ਤਾਂ ਮੈਨੂੰ ਲੱਗੇ ਵੀ ਮੈਂ ਕੈਮਰੇ 'ਚ ਘਾਤੇ ਦੇਖ ਰਹੀ ਆ ਜਦੋਂ ਅਸੀਂ ਇੰਨਾ ਸਮਾਂ ਕੱਢ ਕੇ ਇੱਥੇ ਆਏ ਆ ਹਨ ਜਿਹੜੀ ਚੀਜ਼ ਨੂੰ ਇੰਜੋਏ ਕਰਨ ਆਏ ਆ ਵੀ ਉਹ ਅਸੀਂ ਉਦਾਂ ਕਿਉਂ ਨਹੀਂ ਕਰ ਰਹੇ ਹੈਗੇ ਤਾਂ ਮੇਰਾ ਤਾਂ ਬਲੌਗ ਪਰਮਾਨੂ ਤੋਂ ਥੋੜੀ ਜਿਹੀ ਗਾਂ ਜਾ ਕੇ ਬੰਦ ਹੋ ਗਿਆ ਸੀਗਾ ਪਰ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਆ ਗਰਦੀਪ ਕੀ ਕੋਈ ਵੀ ਚੀਜ਼ ਬਹੁਤ ਜ਼ਿਆਦਾ ਬੁਰੀ ਵੀ ਨਹੀਂ ਹੁੰਦੀ ਤੇ ਬਹੁਤ ਜ਼ਿਆਦਾ ਚੰਗੀ ਵੀ ਨਹੀਂ ਹੁੰਦੀ ਹਨਾ ਵੀ ਚੀਜ਼ਾਂ ਤੇ ਦੋ ਪਾਸੇ ਸਾਰੀਆਂ ਦੇ ਹੁੰਦੇ ਆ ਜਿਹੜੇ ਲੋਕ ਇਹਨੂੰ ਕਿੱਤਾ ਸਮਝ ਕੇ ਕਰ ਰਹੇ ਨੇ ਬਹੁਤ ਸਾਰੇ ਆਪਾਂ ਬਲੌਗਸ ਇਦਾਂ ਦੇ ਵੀ ਦੇਖਦੇ ਆ ਜਿਨ੍ਹਾਂ ਨੂੰ ਆਪਾਂ ਵੀ ਦੇਖਣਾ ਚਾਹੁੰਦੇ ਆ ਵੀ ਉਹਦੇ 'ਚ ਤੁਸੀਂ ਕਿਤੇ ਘੁੰਮਣ ਜਾਣਾ ਉਹਦੇ ਨਾਲ ਜੁੜੀ ਹੋਈ ਬਹੁਤ ਸਾਰੀ ਜਾਣਕਾਰੀ ਹੁੰਦੀ ਆ ਹਨਾ ਬੱਚਿਆਂ ਨੂੰ ਪਾਲਣ ਸੰਬੰਧੀ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਨੇ ਜਮ ਜਿਵੇਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਜਾਣਕਾਰੀ 'ਚ ਸਿਰਫ ਲੈਂਦੇ ਆ ਹਨਾ ਤੁਸੀਂ ਐਵੇਂ ਦਾ ਕੀਤਾ ਕਰਕੇ ਪੈਸਾ ਕਮਾ ਸਕਦੇ ਹਾਂ ਕਿਉਂਕਿ ਆਪਾਂ ਸਾਰੇ ਸਮਝਦੇ ਹਾਂ ਕਿ ਪੈਸੇ ਤੋਂ ਬਿਨਾ ਜ਼ਿੰਦਗੀ ਕਿੰਨੀ ਔਖੀ ਆ ਪਰ ਮੈਨੂੰ ਲੱਗਦਾ ਕਿ ਸੱਚੀ ਨਿੱਜ ਤੇ ਦੁਨੀਆ ਨੂੰ ਦਿਖਾਉਣ ਚ ਤੋਂਨਾਂ ਚੀਜ਼ਾਂ ਚ ਫਰਕ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਦਿਖਾਈ ਜਾ ਸਕਦੀ ਆ ਤੇ ਕਿਹੜੀ ਨਹੀਂ ਹਨਾ ਤੇ ਮੈਂ ਸੱਚੀ ਕਹਿ ਰਹੀ ਹਾਂ ਕਿ ਦੋ ਤਿੰਨ ਦਿਨ ਪਹਿਲਾਂ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇੱਕ ਭੈਣ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਬਲੌਗਸ ਨੇ ਜਿਹੜੇ ਮਤਲਬ ਖਾਸ ਕਰਕੇ ਜਿਹੜੇ ਮੈਰਿਡ ਕਪਲ ਬਣਾਉਂਦੇ ਆ ਜਦੋਂ ਵਿਆਹ ਤੋਂ ਮਤਲਬ ਮਹੀਨਾ ਬਾਅਦ ਹੀ ਜਾਂ ਵਿਆਹ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਕਹਿੰਦੇ ਉਹਨਾਂ ਦਾ ਲੋਕਾਂ ਦੀ ਜ਼ਿੰਦਗੀ ਤੇ ਇੰਨਾ ਅਸਰ ਹੋ ਰਿਹਾ ਕਿ ਬਾਕੀ ਦੇ ਜਿਹੜੇ ਵਿਆਹੁਤਾ ਜੋੜੇ ਨੇ ਉਹ ਸਮਝਦੇ ਨੇ ਕਿ ਸਾਡੀ ਜ਼ਿੰਦਗੀ ਚ ਰੋਮਾਂਸ ਨਹੀਂ ਸਾਡੀ ਜ਼ਿੰਦਗੀ ਚ ਇੰਨਾ ਘੁੰਮਣਾ ਫਿਰਨਾ ਨਹੀਂ ਅਸੀਂ ਇੰਨੀ ਖਰੀਦਦਾਰੀ ਕਿਉਂ ਨਹੀਂ ਕਰ ਸਕਦੇ ਹਨ ਤੇ ਕਹਿੰਦੇ ਵੀ ਉਸ ਚੀਜ਼ ਨਾਲ ਇੰਨੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਵੀ ਮੈਂ ਕਿਤੇ ਉਹ ਮਤਲਬ ਕਿਸੇ ਆਫੀਸਰ ਨੂੰ ਮਿਲਣ ਗਏ ਜਿਹੜੇ ਕਿ ਤਲਾਕ ਇਦਾਂ ਦੀਆਂ ਚੀਜ਼ਾਂ ਨੂੰ ਡੀਲ ਕਰਦੇ ਸੀ ਮਤਲਬ ਤੁਸੀਂ ਮੈਲਾ ਕਮਿਸ਼ਨ ਕਹਿ ਸਕਦੇ ਹੋ ਇੱਕ ਤਰ੍ਹਾਂ ਨਾਲ ਤਾਂ ਕਹਿੰਦੇ ਉਹਨਾਂ ਨੇ ਕਿਹਾ ਕਿ ਤਲਾਕ ਦੀ ਵਜ੍ਹਾ ਇੰਨੀ ਛੋਟੀ ਬਣ ਗਈ ਆ ਕਿ ਬਿਲਕੁਲ ਉਹੀ ਰੀਜ਼ਨ ਕਿ ਅਸੀਂ ਖਰੀਦ ਸਾਡਾ ਘਰ ਵਾਲਾ ਸਾਡੇ ਨਾਲ ਖਰੀਦਦਾਰੀ ਨਹੀਂ ਕਰਦਾ ਅਸੀਂ ਬਾਹਰ ਘੁੰਮਣ ਨਹੀਂ ਜਾਂਦੇ ਉਹ ਮਤਲਬ ਮੈਨੂੰ ਇਸ ਤਰੀਕੇ ਨਾਲ ਪਿਆਰ ਨਹੀਂ ਜਿਤਾਉਂਦਾ ਤੇ ਮਤਲਬ ਸਾਰੇ ਲੋਕ ਸਪਸ਼ਟ ਕਹਿ ਰਹੇ ਨੇ ਕਿ ਇਹ ਸਿਰਫ ਇੰਨਾ ਚੀਜ਼ਾਂ ਦੇ ਆਉਣ ਤੋਂ ਬਾਅਦ ਹੋਇਆ ਪਣੇ ਜਿਵੇਂ ਤੁਸੀਂ ਕਹਾਂ ਨਾ ਵੀ ਬਲੌਗ ਬਣਾਉਣੇ ਕੋਈ ਮਾੜੀ ਗੱਲ ਨਹੀਂ ਬਿਲਕੁਲ ਨਹੀਂ ਕਿਉਂਕਿ ਆਪਾਂ ਵੀ ਬਹੁਤ ਸਾਰੇ ਬਲੌਗਸ ਦੇਖਦੇ ਆਂ ਜਿਵੇਂ ਆਪਾਂ ਟ੍ਰੈਵਲਿੰਗ ਦੇ ਆਪਾਂ ਜ਼ਿਆਦਾਤਰ ਦੇਖਦੇ ਆਂ ਜਾਂ ਕੈਂਪਿੰਗ ਵਾਲੇ ਬਲੌਗਸ ਆਪਾਂ ਜ਼ਿਆਦਾਤਰ ਦੇਖਦੇ ਆਂ ਨਾ ਜਿਹੜੇ ਬਲੌਗਸ ਨੇ ਨਾ ਉਹ ਜਦੋਂ ਤੁਸੀਂ ਜਰਨਲਿਜ਼ਮ ਪੜ੍ਹਦੇ ਹੋ ਉਹਦੇ ਵਿੱਚ ਤੁਹਾਨੂੰ ਮਤਲਬ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਬਲੌਗਸ ਨੇ ਉਹ ਮਾਡਰਨ ਮੀਡੀਆ ਟੈਕਨੀਕ ਆ ਇੱਕ ਜਿਵੇਂ ਪਹਿਲਾਂ ਪ੍ਰਿੰਟ ਸੀ ਉਸ ਤੋਂ ਬਾਅਦ ਇਲੈਕਟ੍ਰੋਨਿਕ ਆ ਗਿਆ ਇਲੈਕਟ੍ਰੋਨਿਕ 'ਚ ਗਾਹਾਂ ਫਾਰਮਸ ਆ ਗਏ ਆ ਪ੍ਰਿੰਟ ਦੀਆਂ ਕਿੰਨੀਆਂ ਫਾਰਮਸ ਨੇ ਮੈਗਜ਼ੀ ਉੰਵੇਂ ਇੱਕ ਮਾਡਰਨ মিডিਆ ਆਇਆ ਜਿਹਦੇ ਵਿੱਚ ਸੋਸ਼ਲ ਮੀਡੀਆ ਜਾਂ ਬਲੌਗਸ ਵੈਬਸਾਈਟਸ ਇਹ ਸਾਰਾ ਕੁਝ ਉਹਦੇ ਵਿੱਚ ਸੀਗਾ ਮੋਬਾਈਲ ਜਰਨਲਿਜ਼ਮ ਉਹਦੇ ਵਿੱਚ ਆਉਂਦਾ ਹੈ ਹਨਾ ਤਾਂ ਜਿਹੜੇ ਬਲੌਗਸ ਜਿਹੜੇ ਸੀਗੇ ਉਹ ਇੱਕ ਮਾਡਰਨ মিডিਆ ਟੈਕਨੀਕ ਸੀ ਤਾਂ ਪਰ ਪਰਪਸ ਉਹਨਾਂ ਦਾ ਵੀ ਸੇਮ ਹੀ ਸੀਗਾ ਇਨਫੋਰਮੇਸ਼ਨ ਪਲੱਸ ਐਂਟਰਟੇਨਮੈਂਟ ਹਨਾ ਹੁਣ ਜਿਹੜੇ ਬਲੌਗਸ ਨੇ ਉਹ ਨਿੱਜੀ ਜ਼ਿੰਦਗੀ ਨੂੰ ਦਿਖਾਉਣਾ ਮੈਨੂੰ ਨਹੀਂ ਲੱਗਦਾ ਕਿਉਂ ਬਲੌਗਿੰਗ ਆ ਹਾਂ ਜਿਵੇਂ ਆਪਾਂ ਦੇਖਦੇ ਹੁੰਦੇ ਆ ਕਿ ਇੱਕ ਬੰਦਾ ਜਿਹੜਾ ਉਹ ਪਿਛਲੇ 5.5 ਮਹੀਨਿਆਂ ਤੋਂ ਲੇ ਘੁੰਮ ਰਿਹਾ ਉਹਨਾਂ ਲੇ ਦਾ ਚੱਪਾ ਚੱਪਾ ਤੁਹਾਨੂੰ ਦਿਖਾ ਰਿਹਾ ਇੱਕ ਸੀ 4/4 ਨਾਂ ਦਾ ਸ਼ਾਇਦ ਕੋਈ ਇੱਕ ਬਲੌਗ ਆ ਬਲੌਗਰ ਨੇ ਕਿ ਉਹ ਸ਼ਾਇਦ ਆਸਟ੍ਰੇਲੀਆ ਦੇ ਨੇ ਸਰਜੀਤ ਭਾਜੀ ਨੇ ਮੈਨੂੰ ਦਿਖਾਏ ਹੈ ਨਾ ਵੀਓ ਕਿਵੇਂ ਆਸਟ੍ਰੇਲੀਆ ਦੀਆਂ ਅਲੱਗ-ਅਲੱਗ ਵੈਲੀਜ਼ ਦੇ ਵਿੱਚ ਜਾ ਕੇ ਉਹ ਕੈਂਪਿੰਗ ਕਰਦੇ ਨੇਗੇ ਤਾਂ ਉੱਥੇ ਮਤਲਬ ਜਦੋਂ ਮੀਂਹ ਆਉਂਦਾ ਜਾਂ ਕਿਹੜੀ-ਕਿਹੜੀਆਂ ਚੀਜ਼ਾਂ ਉਹਨਾਂ ਕੋਲੇ ਹੁੰਦੀਆਂ ਨੇ ਉਹ ਦੇਖ ਕੇ ਵੀ ਤੁਹਾਨੂੰ ਬਹੁਤ ਚੰਗਾ ਲੱਗਦਾ ਤੇ ਉਹਦੇ ਨਾਲ ਤੁਸੀਂ ਇੱਕ ਡੈਸਕ ਤੇ ਬੈਠ ਕੇ ਆਸਟ੍ਰੇਲੀਆ ਦੀਆਂ ਅਲੱਗ-ਅਲੱਗ ਥਾਵਾਂ ਬਾਰੇ ਵੀ ਜਾਣ ਸਕਦੇ ਹੋ ਇਦਾਂ ਦੇ ਹੋਰ ਬਹੁਤ ਸਾਰੇ ਬਲੌਗ ਨੇ ਜਿਵੇਂ ਵਿੱਚ ਕਰੇ ਦੇਖਦੇ ਨੇ ਵੀ ਮਹਿਤਾਬ ਇੱਕ ਬਲੌਗ ਦੇਖਦਾ ਹੁੰਦਾ ਨਾ ਉਹ ਵੀ ਆਸਟ੍ਰੇਲੀਅਨ ਮੁੰਡਾ ਜਿਹੜਾ ਉਹ ਦਿਖਾਉਂਦਾ ਕਿ ਜੇ ਤੁਹਾਡੇ ਕੋਲ ਮਤਲਬ 5 ਡਾਲਰ ਵੀ ਨਹੀਂ ਤਾਂ ਤੁਸੀਂ ਕਿੱਦਾਂ ਇਸ ਚੀਜ਼ ਨਾਲ ਹਨਾ ਸਫਰ ਕਰਨਾ ਵੀ ਤੁਸੀਂ ਮਤਲਬ ਉਹ ਜਿਵੇਂ ਮੈਨੂੰ ਕਈ ਵਾਰੀ ਦੱਸੂਗਾ ਵੀ ਮੰਮਾ ਇਹ ਐਨੇ ਤੋਂ ਐਨੇ ਤੱਕ ਦਾ ਸਫਰ ਸਿਰਫ 1 ਡਾਲਰ 'ਚ ਇਹਨੇ ਕੀਤਾ ਮਤਲਬ ਇਹ ਵੀ ਚੀਜ਼ ਹੈ ਕਿ ਬੱਚੇ ਵੀ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਹਨ ਠੀਕ 18 ਸਾਲ ਦੀ ਕੁੜੀ ਆ ਉਹ ਸੋਲੋ ਟਰੈਵਲਰ ਆ ਇੰਡੀਆ ਤੋਂ ਬਾਹਰ ਵੀ ਉਹ ਘੁੰਮਣ ਜਾਂਦੀ ਆ ਹਨਾ ਉਹ ਉਹ ਵੀ ਤੁਹਾਨੂੰ ਦੇਖਣਾ ਚੰਗਾ ਲੱਗਦਾ ਕਿਉਂਕਿ ਉਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਦੇਸ਼ ਦੇ ਧਰਮ ਦੇ ਹਨਾ ਕਮਿਊਨਿਟੀਆਂ ਦੇ ਲੋਕਾਂ ਦੇ ਨਾਲ ਅਲੱਗ ਕਲਚਰ ਤੁਹਾਨੂੰ ਦਿਖਾਉਂਦੀ ਆ ਉਹ ਦੱਸਦੀ ਆ ਵੀ ਇੱਥੇ ਬਾਰੇ ਆਪਣੇ ਦਿਮਾਗ 'ਚ ਇੱਕ ਫੋਬੀਆ ਸੀਗਾ ਵੀ ਆਹ ਕੰਟਰੀ 'ਚ ਨਹੀਂ ਜਾਣਾ ਇੱਥੇ ਇਕੱਲੇ ਨਹੀਂ ਜਾਣਾ ਇੱਥੋਂ ਦੇ ਲੋਕਾਂ ਨਾਲ ਗੱਲ ਨਹੀਂ ਕਰਨੀ ਜਾਂ ਇੱਥੋਂ ਦਾ ਖਾਣਾ ਨਹੀਂ ਚੰਗਾ ਹੁੰਦਾ ਤਾਂ ਉਹ ਸਾਰੀਆਂ ਚੀਜ਼ਾਂ ਜਿਵੇਂ ਸ਼ੁਰੂ ਤੋਂ ਆਪਣੇ ਦਿਮਾਗ 'ਚ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਵੀ ਉਹ ਦਿਖਾਉਂਦੀ ਆ ਸੋ ਜਿਹੜਾ ਆਪਣੀ ਰੁਝਾਨ ਚੱਲ ਰਿਹਾ ਆਪਣੇ ਮੌਟਰ ਰੁਝਾਨ ਬਲੌਗਸ ਦਾ ਪਤਾ ਕਿਉਂ ਚੱਲਿਆ ਕਿਉਂਕਿ ਇਤੋਂ ਨਾ ਈਜ਼ੀ ਮਨੀ ਮੇਕਿੰਗ ਸਾਨੂੰ ਲੱਗਣ ਲੱਗਿਆ ਸਾਨੂੰ ਲੱਗਿਆ ਵੀ ਸਵੇਰੇ ਰੋਜ਼ ਅਸੀਂ ਉੱਠਦੇ ਹਾਂ ਰੋਜ਼ ਸਾਡੇ ਘਰੇ ਖਾਣਾ ਵੀ ਬਣਦਾ ਕਿਤੇ ਕਿਤੇ ਅਸੀਂ ਬਾਹਰ ਵੀ ਘੁੰਮਣ ਜਾਂਦੇ ਹਾਂ ਹਨਾ ਤਾਂ ਕਿਉਂ ਨਾ ਉਹ ਸਾਡੇ ਘਰਾਂ ਚ ਸੈਲੀਬ੍ਰੇਸ਼ਨਸ ਵੀ ਹੁੰਦੀਆਂ ਨੇ ਵੀ ਕਿਉਂ ਨਾ ਉਹਨਾਂ ਚੀਜ਼ਾਂ ਨੂੰ ਅਸੀਂ ਵੀਡੀਓ ਬਣਾ ਕੇ ਅਪਡੇਟ ਚੈਨਲ ਦੇ ਉੱਪਰ ਅਪਲੋਡ ਕਰ ਦਈਏ ਤੇ ਉੱਥੋਂ ਸਾਨੂੰ ਪੈਸੇ ਆਉਣ ਹਨਾ ਪਰ ਉਹ ਲੋਕੇ ਸ਼ਾਇਦ ਮਾਫ ਕਰਨਾ ਪਰ ਉਹਨਾਂ ਨੂੰ ਹਲੇ ਬਲੌਗ ਦਾ ਮਤਲਬ ਨਹੀਂ ਪਤਾ ਹੈਗਾ ਇਹ ਬਲੌਗ ਨਹੀਂ ਹੁੰਦਾ ਬਲੌਗ ਦਾ ਜੀ ਤੁਸੀਂ ਕਦੇ ਵੀ ਕੱਢ ਕੇ ਪੜ੍ਹੋਗੇ ਨਾ ਤਾਂ ਉਹਦਾ ਮਤਲਬ ਇਹ ਹੁੰਦਾ ਇੱਕ ਮੀਡੀਆ ਫਾਰਮ ਆ ਜਿਹਦੇ ਰਾਹੀਂ ਲੋਕਾਂ ਤੱਕ ਤੁਸੀਂ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਐਂਟਰਟੇਨਮੈਂਟ ਦੀ ਚੀਜ਼ ਪਹੁੰਚਦੀ ਕਰ ਸਕਦੇ ਹੋ ਨਾ ਤੁਹਾਡੇ ਘਰੇ ਕੀ ਹੋ ਰਿਹਾ ਤੁਸੀਂ ਆਪਣੇ ਬੱਚੇ ਦਾ ਜਨਮ ਦਿਨ ਕਿਵੇਂ ਮਨਾ ਰਹੇ ਹੋ ਤੁਸੀਂ ਆਪਦਾ ਜਨਮ ਦਿਨ ਕਿਵੇਂ ਮਨਾ ਰਹੇ ਹੋ ਨਾ ਜਾਂ ਤੁਸੀਂ ਆਪਦੀ ਐਨਿਵਰਸਰੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਤਾਂ ਮੈਂ ਕੀ ਲੈਣਾ ਆ ਹਨਾ ਹੁਣ ਜਿਵੇਂ ਮੈਂ ਕਈ ਵਾਰੀ ਜਿਵੇਂ ਆ ਬਲੌਗਸ ਦੇਖ ਕੇ ਕਈ ਵਾਰ ਮੇਰੇ ਧਿਆਨ ਚ ਮਿਲ ਗੱਲ ਹੁੰਦੀ ਹੁੰਦੀ ਹੈ ਵੀ ਸਾਡੇ ਬਿਆਂ ਨੂੰ ਤਾਂ 5 ਸਾਲ ਹੋ ਗਏ ਅਸੀਂ ਸੱਚੀ ਨਹੀਂ ਇੱਕ ਦੂਜੇ ਨੂੰ ਫੁੱਲ ਕਦੇ ਗਿਫਟ ਕੀਤਾ ਸਹੀ ਗੱਲ ਆ ਆਪਣਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਚ ਪਿਆਰ ਹੈ ਨਹੀਂ ਇੱਕ ਚੀਜ਼ ਮੈਨੂੰ ਦੇਖ ਕੇ ਹੋਰ ਬੜੀ ਹੈਰਾਨੀ ਹੁੰਦੀ ਹੈ ਜਿਹੜਾ ਬੰਦਾ ਮਰਜੀ ਕਹਦੇ ਸਾਡੇ ਚ ਬਹੁਤ ਪਿਆਰ ਹਨ ਕੋਈ ਕਪਲ ਇਦਾਂ ਦੇ ਨਹੀਂ ਹੁੰਦਾ ਜਿਸ ਦੇ ਵਿੱਚ ਕੋਈ ਟਕਰਾਅ ਜਾਂ ਲੜਾਈ ਜਾਂ ਕਿਸੇ ਚੀਜ਼ ਦੇ ਉੱਪਰ ਟੋਟ ਆਰਗੂਮੈਂਟ ਜਾਂ ਫਿਰ ਡਿਸਐਗਰੀਮੈਂਟਸ ਤੁਹਾਡੇ ਨਾਲ ਹੁੰਦੇ ਹੋਣ ਹਨ ਪਰ ਉਹਨਾਂ ਬਲੌਗਸ ਦੇ ਵਿੱਚ ਸਿਰਫ ਚੰਗੀਆਂ ਤੇ ਪਿਆਰੀਆਂ ਚੀਜ਼ਾਂ ਹੀ ਹੁੰਦੀਆਂ ਨੇਗੀਆਂ ਜਿਨ੍ਹਾਂ ਨੂੰ ਦੇਖ ਕੇ ਇੱਕ ਆਮ ਇਨਸਾਨ ਨੂੰ ਇਹ ਲੱਗਦਾ ਕਿ ਇਹਨਾਂ ਦੀ ਜ਼ਿੰਦਗੀ ਮੇਰੇ ਨਾਲੋਂ ਜ਼ਿਆਦਾ ਸੋਹਣੀ ਆ ਹਨਾ ਜ਼ਿਆਦਾ ਸੌਖੀ ਵੀ ਆ ਜ਼ਿਆਦਾ ਰੋਮਾਂਚਿਕ ਵੀ ਆ ਹਨਾ ਤਾਂ ਉੱਥੇ ਉਹ ਚੀਜ਼ਾਂ ਇੱਕ ਆਮ ਬੰਦੇ ਦੀ ਸਾਈਕੋਲੋਜੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਕਿ ਮੈਨੂੰ ਕਿਉਂ ਨਹੀਂ ਕਈ ਵਾਰੀ ਮੈਂ ਇੱਕ ਦੋ ਬਲੌਗਸ ਜਿਵੇਂ ਆਪਾਂ ਚੀਜ਼ਾਂ ਜਾਣਨ ਦੇ ਲਈ ਵੀ ਦੇਖਦੇ ਆ ਹਨਾ ਤਾਂ ਮੈਂ ਹੈਰਾਨ ਹੁੰਨੀ ਹੁੰਨੀ ਆ ਵੀ ਇਹ ਇੰਨੀ ਸ਼ਾਪਿੰਗ ਇੰਨੇ ਕੱਪੜੇ ਲੈਂਦੇ ਕਿਵੇਂ ਹੋਣਗੇ ਤੇ ਸਤਹ ਰੰਨ ਮੈਨੂੰ ਇਹਦੀਆਂ ਮੈਨੂੰ ਸਾਹਮਦੇ ਕਿਵੇਂ ਹੋਣਗੇ ਹਾਂ ਬਿਲਕੁਲ ਸੋ ਕਿਉਂ ਰਹੀ ਅਸੀਂ ਡਿਸਕਸ ਕਰਦੇ ਹੁੰਨੇ ਆ ਵੀ ਇਧਰ ਕੱਪੜੇ ਜਿਵੇਂ ਹੁਣ ਬਾਹਰ ਦੀ ਜਿਵੇਂ ਗੱਲ ਕਰਾਂ ਵੀ ਉਧਰ ਕੱਪੜੇ ਸਸਤੇ ਮਿਲ ਜਾਂਦੇ ਨੇ ਸੱਚੀ ਜੇ ਤੁਸੀਂ ਜਾਓ ਹਨਾ ਜੇ ਤੁਸੀਂ ਬ੍ਰਾਂਡ ਦੇ ਚੱਕਰ 'ਚ ਨਹੀਂ ਪੈਂਦੇ ਹੈਗੇ ਤਾਂ ਤੁਸੀਂ ਈਵਨ ਕਈ ਵਾਰੀ ਜਦੋਂ ਅਸੀਂ ਗਏ ਸੀ ਅਸੀਂ 1 1 ਡਾਲਰ ਦੇ ਵੀ ਨਿਆਣਿਆਂ ਦੇ ਜਿਵੇਂ ਟੀ-ਸ਼ਰਟ ਸ਼ਾਰਟਸ ਉਧਰ ਲਏ ਨੇਗੇ ਹਨਾ ਪਰ ਉਹਨਾਂ ਦੀ ਸਾਰੀ ਸ਼ਾਪਿੰਗ ਵੀ ਬ੍ਰਾਂਡਡ ਹੁੰਦੀ ਆ ਹਨਾ ਤੁਹਾਨੂੰ ਤਾਂ ਪੈਸਾ ਆ ਰਿਹਾ ਸ਼ਾਇਦ ਬਲੌਗਸ ਤੋਂ ਤੁਸੀਂ ਤਾਂ ਲੈ ਰਹੇ ਹੋ ਨਾ ਪਰ ਕਹਿੰਦੇ ਉੱਥੇ ਜਿਹੜਾ ਚਿੰਗੀ ਵਧੀਆ ਚੋਪ ਵੀ ਕਰਦਾ ਨਾ ਉਹ ਵੀ ਇੰਨੀ ਬ੍ਰਾਂਡਡ ਸ਼ਾਪਿੰਗ ਨਹੀਂ ਕਰਦਾ ਹੈਗਾ ਉਹਨਾਂ ਨੂੰ ਦੇਖ ਕੇ ਦੂਜੇ ਬੰਦੇ ਤੇ ਆਟੋਮੈਟਿਕਲੀ ਅਸਰ ਹੁੰਦਾ ਵੀ ਮੈਂ ਵੀ ਇੰਨੀ ਸ਼ਾਪਿੰਗ ਕਰਾਂ ਤੇ ਮੈਂ ਵੀ ਫਲਾਣੇ ਬ੍ਰਾਂਡ ਦੀ ਹੀ ਸ਼ਾਪਿੰਗ ਕਰਾਂ ਕਿਉਂਕਿ ਉਹ ਕਰਕੇ ਆਏ ਸੀਗੇ ਇੱਥੇ ਹਨਾ ਦੇਖੋ ਗੁਰਦੀਪ ਆਪਾਂ ਹਮੇਸ਼ਾ ਗੱਲ ਕਰਦੇ ਹੁੰਨੇ ਆ ਕਿ ਮਤਲਬ ਤੁਸੀਂ ਇਹਨੂੰ ਪ੍ਰੋਫੈਸ਼ਨਲੀ ਦੇਖ ਸਕਦੇ ਹੋ ਇਸ ਚੀਜ਼ ਨੂੰ ਨਾ ਵੀ ਜੇ ਤੁਹਾਡੇ ਕੋਲ ਕੋਈ ਕਿਤਾ ਨਹੀਂ ਤੁਸੀਂ ਇਹ ਚੀਜ਼ ਕਰ ਰਹੇ ਹੋ ਪਰ ਮੈਨੂੰ ਲੱਗਦਾ ਵੀ ਸਾਨੂੰ ਤਕਲੀਫ ਹੁੰਨਾ ਲੋਕਾਂ ਲਈ ਆ ਜਿਹੜੇ ਮਤਲਬ ਏਸੀ ਚੀਜ਼ ਨੂੰ ਸੱਚ ਮੰਨ ਲੈਂਦੇ ਹਨ ਹੁਣ ਜਦੋਂ ਆਪਾਂ ਕੋਈ ਇੰਟਰਵਿਊ ਕਰਦੇ ਆ ਇੰਟਰਵਿਊ ਕਰਨ ਵਕਤ ਆਪਾਂ ਨੂੰ ਇਹ ਹੁੰਦਾ ਕਿ ਜੋ ਵੀ ਆਪਾਂ ਉਸ ਬੰਦੇ ਬਾਰੇ ਪੜ੍ਹਨੇ ਆ ਜਾਂ ਜੋ ਸਾਨੂੰ ਪਤਾ ਚੱਲ ਰਿਹਾ ਜੋ ਗੱਲ ਅਸੀਂ ਉੱਥੇ ਪੁੱਛ ਸਕਦੇ ਆ ਅਸੀਂ ਉਹ ਚੋ ਖਾਸ ਤੋਂ ਖਾਸ ਚੁਣਦੇ ਆ ਕਿ ਮੇਰਾ ਸਵਾਲ ਬੜਾ ਖਾਸ ਹੋਣਾ ਚਾਹੀਦਾ ਹਨ ਤੇ ਬਿਲਕੁਲ ਉਵੇਂ ਹੁੰਦਾ ਜਦੋਂ ਕੋਈ ਬੰਦਾ ਸੋਚਦਾ ਕਿ ਮੈਂ ਇੱਕ ਫੈਮਿਲੀ ਵਲੌਗ ਬਣਾ ਰਿਹਾ ਤਾਂ ਮੈਨੂੰ ਲੱਗਦਾ ਵੀ ਉਹ ਵੀ ਸਭ ਕੁਝ ਚੰਗਾ ਹੀ ਲੋਕਾਂ ਨੂੰ ਦਿਖਾਉਂਦਾ ਕੈਮਰੇ ਅੱਗੇ ਹਨ ਬੈਕਸਟੇਜ ਤੇ ਉਹਦੇ ਨਾਲ ਕੀ ਹੋ ਰਿਹਾ ਉਹ ਘਰ ਵਿੱਚ ਆਪਸ ਵਿੱਚ ਇੱਕ ਦੂਜੇ ਨਾਲ ਕਿੰਨਾ ਕੁ ਲੜ ਰਹੇ ਨੇ ਜਾਂ ਜਾਂ ਸਿਰਫ ਤੋਹਫਾ ਖਰੀਦਿਆ ਹੀ ਇਸ ਲਈ ਗਿਆ ਹੋਵੇ ਵੀ ਇਹ ਬਲੌਗ ਅੱਜ ਬਣਾਉਣਾ ਹਨ ਘੁੰਮਣ ਮੈਂ ਤਾਂ ਜਿਵੇਂ ਆਪਾਂ ਉਹ ਦਿਨ ਗੱਲ ਕਰ ਰਹੇ ਸੀ ਕਿ ਆਪਾਂ ਘੁੰਮਣ ਜਾਂਦੇ ਆ ਆਪਣੇ ਮਨ ਦੀ ਸ਼ਾਂਤੀ ਲਈ ਹਨ ਉਹ ਮਤਲਬ ਬਲੌਗ ਬਣਾਉਣ ਲਈ ਘੁੰਮਣ ਜਾਂਦੇ ਆ ਕਿ ਇਹ ਸਾਡੇ ਲਗਦਾ ਇੱਕ 파ਟ ਆ ਪਰ ਜਿਹੜੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਆਪਣੇ ਕਿਤੇ ਦੇ ਤੌਰ ਤੇ ਇਹਨੂੰ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਚ ਇਸ ਚੀਜ਼ ਦੀ ਬਹੁਤ ਜ਼ਿਆਦਾ ਕਮੀ ਆ ਹਨਾ ਹੁਣ ਤੁਸੀਂ ਉਹ ਤੁਹਾਡੇ ਸਾਹਮਣੇ ਮਤਲਬ ਤੁਹਾਡੇ ਘਰੋਂ ਤੁਹਾਨੂੰ 10 ਫੋਨ ਆਉਣ ਤਾਂ ਮੈਨੂੰ ਸੱਚੀ ਲੱਗਣ ਲੱਗ ਜਾਊਗਾ ਵੀ ਮੈਨੂੰ ਕੋਈ ਫੋਨ ਕਰਕੇ ਨਹੀਂ ਮੇਰੇ ਘਰੋਂ ਪੁੱਛ ਰਿਹਾ ਹਨਾ ਤੁਹਾਨੂੰ ਕੋਈ ਤੋਹਫਾ ਮਿਲੇਗਾ ਮੈਨੂੰ ਚਾਹੇ ਉਸ ਤੋਂ ਵੱਧ ਸੁੱਖ ਸਹੂਲਤਾਂ ਜ਼ਿੰਦਗੀ ਚ ਮਿਲਿਆ ਮੈਨੂੰ ਲੱਗੂ ਵੀ ਮੈਨੂੰ ਕਿਉਂ ਨਹੀਂ ਮਿਲੀ ਇਹ ਚੀਜ਼ ਤਾਂ ਮੈਨੂੰ ਲੱਗਦਾ ਕਿ ਅਸੀਂ ਸਿਰਫ ਜਿਵੇਂ ਆਪਾਂ ਕਹਿੰਨੇ ਹਾਂ ਨਾ ਕਿ 2 ਘੰਟੇ ਇੱਕ ਫਿਲਮ ਦੇਖ ਕੇ ਤੁਸੀਂ ਉਹਨੂੰ ਭੁੱਲ ਜਾਂਦੇ ਹੋ ਉਸ ਵਕਤ ਤੁਹਾਡੇ ਮਨ ਤੇ ਬਹੁਤ ਅਸਰ ਕਰਦੀ ਹੈ ਪਰ ਬਾਅਦ ਚੋਂ 2-4 ਦਿਨ ਬਾਅਦ ਤੁਸੀਂ ਦੇਖਿਆ ਕਿਸੇ ਵੀ ਹਾਦਸੇ ਦਾ ਅਸਰ ਵੀ ਘਟ ਜਾਂਦਾ ਹੂੰ ਜੇ ਤੁਸੀਂ ਐਂਟਰਟੇਨਮੈਂਟ ਲਈ ਦੇਖ ਰਹੇ ਹੋ ਤਾਂ ਸਿਰਫ ਓਵੇਂ ਹੀ ਦੇਖੋ ਉਸ ਤੋਂ ਬਾਅਦ ਉਹਨੂੰ ਭੁੱਲ ਜਾਓ ਜਿਵੇਂ ਤੁਸੀਂ ਕਿਹਾ ਕਿ ਦੁਨੀਆਂ ਦਾ ਇਹੋ ਜਿਹਾ ਕੋਈ ਜੋੜਾ ਨਹੀਂ ਜਿਸ ਚ ਲੜਾਈਆਂ ਨਹੀਂ ਹੋ ਰਹੀਆਂ ਹਨਾ ਸਭ ਚ ਹੁੰਦੀਆਂ ਨੇ ਪਰ ਮੈਂ ਆ ਕੇ ਤੁਹਾਨੂੰ ਨਹੀਂ ਦੱਸੂਗੀ ਬਹੁਤ ਘੱਟ ਹਾਲਾਤਾਂ ਚ ਤੁਸੀਂ ਮੈਨੂੰ ਦੱਸੋਗੇ ਹਨਾ ਤਾਂ ਬਿਲਕੁਲ ਉਸੇ ਤਰ੍ਹਾਂ ਹੁੰਦੀ ਹੈ ਹੁਣ ਕੋਈ ਬਲੌਗ ਦੇ ਵਿੱਚ ਤੁਹਾਨੂੰ ਲੜਾਈਆਂ ਤਾਂ ਆਪਣੀਆਂ ਦਿਖਾਉਣ ਨਹੀਂ ਲੱਗਿਆ ਹਨ ਤੇ ਤੁਸੀਂ ਇਹ ਸੋਚੀ ਜਾਂਦੇ ਹੋ ਵੀ ਦੇਖੋ ਉਹ ਤਾਂ ਰੋਜ਼ ਫੁੱਲ ਦੇ ਰਿਹਾ ਉਹ ਤਾਂ ਰੋਜ਼ ਉਹਨੂੰ ਐਦਾਂ ਕਰ ਰਿਹਾ ਉਹਨੂੰ ਫਲਾਣੀ ਜਗ੍ਹਾ ਘੁਮਾਉਣ ਲੈ ਕੇ ਜਾ ਰਿਹਾ ਨਾ ਬੰਦੇ ਦਾ ਸਿਰਫ ਇੱਕ ਕੀਤਾ ਪਰ ਸ਼ਰਮ ਉਦੋਂ ਆਉਂਦੀ ਆ ਵੀ ਜਦੋਂ ਲੋਕਾਂ ਨੂੰ ਲਿਮਿਟੇਸ਼ਨ ਇਹ ਨਹੀਂ ਪਤਾ ਹੈਗੀ ਵੀ ਅਸੀਂ ਕਿੱਥੇ ਤੱਕ ਕੀ ਦਿਖਾ ਸਕਦੇ ਹਾਂ ਜਾਂ ਕੀ ਨਹੀਂ ਹੈਨਾ ਮੈਨੂੰ ਵੀ ਵੇਰੀ ਉਦੋਂ ਵੀ ਹੁੰਦਾ ਕਿ ਪਰਿਵਾਰ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਹੈਨਾ ਮਤਲਬ ਮੈਂ ਮਾਫੀ ਚਾਹੁੰਦੀ ਹਾਂ ਪਰ ਸੱਚੀ ਕਹਿੰਦੀ ਨਾ ਉਹ ਚੀਜ਼ਾਂ ਤੁਹਾਨੂੰ ਦੇਖਣੀਆਂ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਜਿਵੇਂ ਤੁਸੀਂ ਇੱਕ ਬੱਚੇ ਦਾ ਜਨਮ ਦਿੰਦਿਆਂ ਹੋયા ਵੀ ਹੁਣ ਆਪਾਂ ਦੋਨਾਂ ਨੇ ਬੱਚਿਆਂ ਬੱਚੇ ਪੈਦਾ ਕੀਤੇ ਨੇਗੇ ਹਨਾ ਆਪਾਂ ਨੂੰ ਪਤਾ ਵੀ ਜਦੋਂ ਇੱਕ ਔਰਤ ਲੇਬਰ ਪੇਨ ਚ ਹੁੰਦੀ ਆ ਜਾਂ ਲੇਬਰ ਰੂਮ ਚ ਹੁੰਦੀ ਆ ਵੀ ਉਹਦੀ ਕੀ ਕੰਡੀਸ਼ਨ ਹੁੰਦੀ ਆ ਨਾ ਕਈ ਵਾਰ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਪਏ ਕਿਦਾਂ ਤੁਹਾਡਾ ਸਰੀਰ ਜਾਂ ਤੁਹਾਡੀ ਲੱਤਾਂ ਤੁਸੀਂ ਕਿਵੇਂ ਰੱਖੀ ਹੋਈ ਆ ਹਨਾ ਕਿਉਂਕਿ ਉਦੋਂ ਤੁਸੀਂ ਇੰਨੀ ਜ਼ਿਆਦਾ ਪੇਨ ਚ ਹੁੰਨੇ ਹੋ ਜਾਂ ਤੁਹਾਡਾ ਇਮੋਸ਼ਨਲੀ ਤੁਸੀਂ ਇੰਨੇ ਜ਼ਿਆਦਾ ਹਾਵੀ ਹੋਏ ਹੁੰਨੇ ਹੋ ਨਾ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਉਦੋਂ ਜਿਵੇਂ ਕਹਿੰਨਾ ਤੁਹਾਡੀ ਨਾਰਮਲ ਕੰਡੀਸ਼ਨ 'ਚ ਨਹੀਂ ਹੁੰਦੇ ਉਦੋਂ ਹਨਾ ਬੜੀਆਂ ਸਾਰੀਆਂ ਚੀਜ਼ਾਂ ਤੁਹਾਡੇ ਆਲੇ-ਦੁਆਲੇ ਹੁੰਦੀਆਂ ਨੇ ਤਾਂ ਕਈ ਲੋਕੀ ਆਪਣੇ ਬੱਚੇ ਜੰਮਦਿਆਂ ਤੱਕ ਦੇ ਵੀ ਬਲੌਗਸ ਬਣਾ ਰਹੇ ਨੇ ਤੁਸੀਂ ਬਣਾਓ ਠੀਕ ਆ ਤੁਸੀਂ ਕਿਤੇ ਘੁੰਮਣ ਗਏ ਹੋ ਤੁਸੀਂ ਬਣਾ ਲਓ ਕੋਈ ਸੈਲੀਬ੍ਰੇਸ਼ਨ ਕੀਤਾ ਤੁਸੀਂ ਬਣਾ ਲਓ ਤੇ ਮੈਨੂੰ ਇੱਕ ਉਹ ਵੀ ਚੀਜ਼ ਬੜੀ ਹੈਰਾਨ ਕਰਦੀ ਹੁੰਦੀ ਹੈ ਵੀ ਜਿਵੇਂ ਹੁਣ ਆਪਾਂ ਵੀ ਉਸ ਸਮੇਂ 'ਚ ਨੰਗਿਆ ਵੀ ਉਦੋਂ ਤਾਂ ਕੀ ਵਰੀ ਸੱਚੀ ਨਾ ਟਾਈਮ ਨਹੀਂ ਹੁੰਦਾ ਵੀ ਤੁਸੀਂ ਕਿਸੇ ਹਨਾ ਰਿਸ਼ਤੇਦਾਰ ਦਾ ਫੋਨ ਚੱਕ ਕੇ ਉਹਦੀਆਂ ਵਧਾਈਆਂ ਵੀ ਕਬੂਲ ਕਰ ਸਕੋ ਹਨਾ ਕਿਉਂਕਿ ਤੁਸੀਂ ਉਹ ਨਵੇਂ ਆਏ ਜੀ ਨੂੰ ਸਾਹਮਣੇ ਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੇ ਹੋ ਵੀ ਉਹਨੀਆਂ ਸੌ ਚੀਜ਼ਾਂ ਕਈ ਵਾਰੀ ਜ਼ਿੰਦੋਂ ਖੜੇ ਪੈ ਰੇ ਯਾਦ ਆਉਂਦੀਆਂ ਵੀ ਸਾਨੂੰ ਤਾਂ ਇਹ ਵੀ ਚਾਹੀਦੀਆਂ ਹਨਾ ਉਹਨਾਂ ਚੀਜ਼ਾਂ ਚ ਜਾਂ ਫਿਰ ਤੁਸੀਂ ਮਾਂ ਨੂੰ ਸੰਭਾਲਣ ਚ ਇੰਨਾ ਜ਼ਿਆਦਾ ਰੁੱਝ ਜਾਂਦੇ ਹੋ ਵੀ ਤੁਹਾਨੂੰ ਨਹੀਂ ਧਿਆਨ ਰਹਿੰਦਾ ਉਹਨਾਂ ਚੀਜ਼ਾਂ ਦਾ ਵੀ ਉਹ ਤੋਂ ਜਾਂ ਤੁਸੀਂ ਉਹਦੇ ਉਹ ਸਪੈਸ਼ਲ ਮੂਮੈਂਟ ਨੂੰ ਇੰਜੋਏ ਵੀ ਕਰਨਾ ਚਾਹੁੰਦੇ ਹੋ ਨਿਓ ਹਨਾ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਿਵੇਂ ਨਾ ਸਮਾਂ ਮਿਲ ਜਾਂਦਾ ਹੋਊਗਾ ਵੀ ਉਹ ਬਲੌਗ ਸ਼ੂਟ ਵੀ ਕਰਦੇ ਨੇ ਉਸ ਤੋਂ ਬਾਅਦ ਐਡਿਟ ਕਰਕੇ ਉਹਨੂੰ ਨਾਲ ਦੀ ਨਾਲ ਉਹ ਭਾ ਵੀ ਦਿੰਦੇ ਨੇਗੇ ਹਨਾ ਉਹ ਵੀ ਚੀਜ਼ਾਂ ਤੇ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਦੁਨੀਆ ਵੀ ਕੋਈ ਵੀ ਬੰਦਾ ਇਦਾਂ ਦਾ ਨਹੀਂ ਹੈਗਾ ਕਿ ਜਿਹੜਾ ਤੁਹਾਡੀ ਵਾਈਫ ਨੂੰ ਲੇਬਰ ਪੇਨ ਪਈ ਨੂੰ ਵੀ ਦੇਖਣਾ ਚਾਹੁੰਦਾ ਹੋਊਗਾ ਹਨਾ ਕਿ ਫਿਰ ਤੁਹਾਡੇ ਕੱਪੜੇ ਇਦਾਂ ਦੇ ਉਸ ਟਾਈਮ ਤੇ ਕਿਉਂਕਿ ਡਿਲੀਵਰੀ ਟਾਈਮ ਤੁਹਾਡੇ ਕੱਪੜੇ ਵੀ ਉਦਾਂ ਦੇ ਹੁੰਦੇ ਨੇਗੇ ਹਨਾ ਤੁਸੀਂ ਕਈ ਵਾਰੀ ਸਕਰੀਨ ਤੇ ਉਹ ਚੀਜ਼ਾਂ ਨਹੀਂ ਵੀ ਵਧੀਆ ਲੱਗਦੀਆਂ ਹੈਗੀਆਂ ਦਿਖਾਉਣੀਆਂ ਨਾ ਵੀ ਜਿਹੜੋ ਉਹ ਐਡਿਟ ਕਰ ਰਹੇ ਹੋਣਗੇ ਜਾਂ ਰਿਵਿਊ ਕਰ ਰਹੇ ਹੋਣਗੇ ਵੀ ਉਹਨਾਂ ਨੇ ਬਿਲਕੁਲ ਨਹੀਂ ਇਸ ਚੀਜ਼ ਤੇ ਧਿਆਨ ਦਿੱਤਾ ਹੋਗਾ ਵੀ ਮੇਰੀ ਵਾਈਫ ਬੈੱਡ ਤੇ ਪਈ ਕਿੱਦਾਂ ਆ ਜਾਂਦੇ ਕੱਪੜੇ ਇਸ ਟਾਈਮ ਸਹੀ ਨਹੀਂ ਲੱਗ ਰਹੇ ਜਾਂ ਖੁਦ ਪਈ ਇਦਾਂ ਸਹੀ ਨਹੀਂ ਲੱਗ ਰਹੀ ਹੈਗੀ ਉਹਨੂੰ ਇਦਾਂ ਦਿਖਾਉਣਾ ਚਾਹੀਦਾ ਜਾਂ ਨਹੀਂ ਦਿਖਾਉਣਾ ਚਾਹੀਦਾ ਹਨਾ ਉਦਾਂ ਆਪਾਂ ਕੁੜੀਆਂ ਦੀ ਇੱਜ਼ਤ ਦਾ ਕਿੰਨਾ ਖਿਆਲ ਰੱਖਦੇ ਆ ਵੀ ਕੁੜੀਆਂ ਨੂੰ ਸੀ ਆਏ ਨਹੀਂ ਸਾਡੀ ਕੁੜੀ ਨੂੰ ਕੋਈ ਹੂ ਨਹੀਂ ਕਹਿ ਸਕਦਾ ਹਨਾ ਨਾ ਤਾਂ ਕੁੜੀ ਦੇ ਪੇਰੈਂਟਸ ਨੂੰ ਇਤਰਾਜ਼ ਹੁੰਦਾ ਆ ਤੇ ਸਾਰੀਆਂ ਚ ਜਦੋਂ ਕੁੜੀ ਵਿਆਹ ਕੇ ਆਉਂਦੀ ਆ ਆਪਾਂ ਨੂੰ ਹੁੰਦਾ ਵੀ ਆਪਦੇ ਘਰੇ ਚੁੰਨੀ ਲੈ ਚਾਹੀ ਨਾ ਲੈ ਪਰ ਸਾਡੇ ਘਰ ਨੂੰ ਤੂੰ ਬਿਨਾਂ ਚੁੰਨੀ ਲੈ ਘਰੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਸਾਡੇ ਘਰ ਦੇ ਇਹ ਤੌਰ ਤਰੀਕੇ ਨੇ ਸਾਡੇ ਘਰ ਦੇ ਇਹ ਰੀਤੀ ਰਿਵਾਜ ਨੇ ਕਿ ਆਪਾਂ ਨੂੰ ਆਨਲਾਈਨ ਕਿੰਨੀਆਂ ਸਾਰੀਆਂ ਚੀਜ਼ਾਂ ਦੱਸ ਦਿੰਨੇ ਆ ਪਰ ਜਦੋਂ ਫਿਰ ਸਾਡੀ ਨੋ ਬਲੌਗ ਦੇ ਵਿੱਚ ਆ ਰਹੀ ਆ ਨਾ ਕਈ ਵਾਰ ਉਹ ਚੁੰਨੀ ਲਈ ਵੀ ਆ ਕਈ ਵਾਰ ਨਹੀਂ ਵੀ ਲਈ ਕਈ ਵਾਰ ਬੰਦਾ ਕੋਈ ਕਿਵੇਂ ਖੜਾ ਬੈਠਾ ਉਹਨੂੰ ਤੁਸੀਂ ਉਦਾਂ ਹੀ ਸ਼ੂਟ ਕਰਕੇ ਦਿਖਾ ਰਹੇ ਹੋ ਮਤਲਬ ਫੇਰ ਉਹ ਸਾਰੀਆਂ ਚੀਜ਼ਾਂ ਕਿੱਥੇ ਚਲੀਆਂ ਜਾਂਦੀਆਂ ਨੇਗੀ ਹਣਾ ਤੇ ਕੁੜੀਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਹੈਗਾ ਦੇਖੋ ਲੋਕ ਕਹਿ ਦਿੰਦੇ ਆ ਵੀ ਇਹ ਸਾਡੀ ਪਰਸਨਲ ਲਾਈਫ ਆ ਜਦੋਂ ਕੋਈ ਕਿਸੇ ਨੂੰ ਸਲਾਹ ਦਿੰਦਾ ਜਿਵੇਂ ਆਪਾਂ ਹੀ ਆਪਾਂ ਨੂੰ ਵੀ ਬਹੁਤ ਸਾਰੇ ਲੋਕ ਸ਼ਾਇਦ ਜਿਹੜੇ ਦੇਖਣਗੇ ਉਹ ਇਹੀ ਕਹਿਣਗੇ ਵੀ ਇਹ ਉਹਨਾਂ ਦੀ ਪਰਸਨਲ ਲਾਈਫ ਆ ਪਰ ਮੈਂ ਕਹਿੰਦੀ ਵੀ ਉਹ ਪਰਸਨਲ ਲਾਈਫ ਕੀ ਆ ਜਿਹਨੂੰ ਤੁਸੀਂ ਸਾਰੀ ਦੁਨੀਆ ਨੂੰ ਦਿਖਾ ਰਹੇ ਹੋ ਉਹਦੇ ਚ ਕੀ ਪਰਸਨਲ ਤੁਹਾਡਾ ਰਹਿ ਗਿਆ ਗੱਲ ਵੀ ਨਹੀਂ ਪਰਸਨਲ ਲਾਈਫ ਦੀ ਨਹੀਂ ਹੈਗੀ ਗੱਲ ਇਹ ਆ ਵੀ ਜੋ ਤੁਸੀਂ ਦਿਖਾ ਰਹੇ ਹੋ ਉਹ ਮੈਜੋਰਿਟੀ 'ਚ ਅਸਰ ਕੀ ਪਾ ਰਿਹਾ ਹਾਂ ਅਸਰ ਕੀ ਪਾ ਰਿਹਾ ਲੋਕਾਂ ਦੇ ਉੱਪਰ ਹਨਾ ਦੇਖੋ ਹੁਣ ਛੋਟੇ ਛੋਟੇ ਜਿਹੜੇ 22 ਸਾਲ ਦੇ ਬੱਚੇ ਨੇ ਹਨਾ ਉਹ ਵੀ ਮਤਲਬ ਜੇ ਜਦੋਂ ਉਹਨਾਂ ਦੀ ਇੰਗੇਜਮੈਂਟ ਹੋ ਜਾਂਦੀ ਹੈ ਉਹ ਦੋ ਸ਼ੁਰੂ ਕਰ ਲੈਂਦੇ ਹਨਾ ਕੱਲ ਮੇਰਾ ਮਤਲਬ ਜਿਵੇਂ ਬਹੁਤ ਸਾਰੇ ਮੁੰਡੇ ਕੱਲ ਲਿਖੀ ਜਾ ਰਹੇ ਸੀ ਹਨਾ ਮੇਰਾ ਮਨ ਕਰੇ ਵੀ ਮਤਲਬ ਇੱਕ ਆਪਾਂ ਕਹਿੰਨੇ ਨੇ ਇੱਕ ਵਿਅੰਗ ਹੀ ਕਰਨਾ ਮੇਰਾ ਦਿਲ ਕਰ ਰਿਹਾ ਸੀ ਵੀ ਮੈਂ ਵੀ ਲਿਖਾਂ ਵੀ ਇੱਕ ਤਾਂ ਸਾਨੂੰ 10 ਸਾਲ ਪਹਿਲਾਂ ਇਹ ਅਫਸੋਸ ਸੀ ਵੀ ਪ੍ਰੀ-ਬੈਡਿੰਗ ਵਾਲੇ ਕੰਮ ਤੋਂ ਪਹਿਲਾਂ ਸਾਡੇ ਵਿਆਹ ਹੋ ਗਏ। ਵੀ ਹੁਣ ਦੂਜਾ ਅਫਸੋਸ ਇਹ ਹੋ ਗਿਆ ਲੋਕਾਂ ਨੂੰ ਵੀ ਬਲੌਗ ਵਾਲਾ ਕੰਮ ਅਸੀਂ ਨਹੀਂ ਸ਼ੁਰੂ ਕੀਤਾ ਨਾ ਵੀ ਉਹ ਸਾਡੇ ਵਿਆਹ ਉਸ ਤੋਂ ਵੀ ਪਹਿਲਾਂ ਹੋ ਗਏ। ਤ ਸੱਚੀ ਇਹ ਚੀਜ਼ ਹੈਗੀ ਹੈ ਕਿ ਜਿਹੜੇ ਨਹੀਂ ਕਰ ਪਾਰੇ ਜਿਹੜੇ ਨਹੀਂ ਦੇਖ ਰਹੇ ਉਹ ਤਾਂ ਮਤਲਬ ਸਿਰਫ ਉਹਨਾਂ ਦੀ ਜ਼ਿੰਦਗੀ ਤੋਂ ਹੀ ਪ੍ਰਭਾਵਿਤ ਹੋ ਕੇ ਮੈਨੂੰ ਲੱਗਦਾ ਆਪਸ ਵਿੱਚ ਇੰਨਾ ਕਲੇਸ਼ ਆ ਜਿਹੜਾ ਸਿਹੜ ਲੰਦੇ ਆ ਲੋਕ ਵੀ ਉਹਨਾਂ ਨੂੰ ਸੱਚੀ ਲੱਗਣ ਲੱਗ ਜਾਂਦਾ ਕਿ ਸਾਡਾ ਵਿਆਹ ਤਾਂ ਨਾ ਜਿਹੜਾ ਬਸ ਜ਼ਿੰਦਗੀ ਚ ਇੱਕ ਬੇਮਤਲਬ ਜੀ ਚੀਜ਼ ਆ ਹਨ ਵੀ ਅਸੀਂ ਪਤੀ ਪਤਨੀ ਦੇ ਤੌਰ ਤੇ ਸ਼ਾਇਦ ਉਨੇ ਵਧੀਆ ਨਹੀਂ ਹੈਗੇ ਆਪਾਂ ਹੁਣ ਕਿਰਦੀ ਜ਼ਿੰਦਗੀ ਤੇ ਮੈਂ ਮੈਂ ਆਪਣੇ ਵਿਆਹ ਚ 17 ਸਾਲ ਦੇਖ ਲਏ ਹਨ ਜ਼ਿੰਦਗੀ ਦੇ ਬਹੁਤ ਸਾਰੇ ਸਮਿਆਂ ਤੇ ਆਪਾਂ ਲੜਦੇ ਆਂ ਮਤਲਬ ਸ਼ਾਇਦ ਆਪਾਂ 17 ਚੋਂ 7 ਸਾਲ ਵੀ ਕੱਢ ਦਈਏ ਤਾਂ ਆਪਾਂ ਲੜੇ ਹੀ ਹੋਵਾਂਗੇ ਪਰ 10 ਸਾਲ ਮੈਨੂੰ ਲੱਗਦਾ ਕਿ ਇਹਨਾਂ ਬਲੌਗਰਾਂ ਤੋਂ ਜ਼ਿਆਦਾ ਸੋਹਣੇ ਸਾਡੀ ਜ਼ਿੰਦਗੀ 'ਚ ਰਹੇ ਹੋਣਗੇ ਹਨ ਤੇ ਉਹ ਸ਼ਾਇਦ ਅਸੀਂ ਆਪਣੇ ਭੁੱਲ ਜਾਂਦੇ ਆ ਇਹੋ ਜੀਆਂ ਚੀਜ਼ਾਂ ਦੇਖ ਕੇ ਜਦੋਂ ਅਸੀਂ ਦੇਖਦੇ ਆ ਵੀ ਕੋਈ ਰੋਜ਼ ਘੁੰਮਣ ਜਾ ਰਿਹਾ ਉਹਦੇ ਜਨਮ ਦਿਨ ਤੇ ਇੰਨੀ ਵੱਡੀ ਸੈਲੀਬ੍ਰੇਸ਼ਨ ਹੋ ਰਹੀ ਹੈ ਉਹਨੂੰ ਐਨੇ ਤੋਹਫੇ ਮਿਲ ਰਹੇ ਆ ਪਰ ਕਈ ਹਾਲਾਤਾਂ 'ਚ ਅਸੀਂ ਉਸ ਤੋਂ ਕਈ ਗੁਣਾ ਬਿਹਤਰ ਹੁੰਨੇ ਆ ਹਨ ਤੇ ਪਰ ਅਸੀਂ ਨਹੀਂ ਕੰਪੇਅਰ ਕਰਦੇ ਉਸ ਚੀਜ਼ ਨੂੰ ਸੱਚੀ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਨਾ ਥੋੜਾ ਜਿਹਾ ਆਪਣੇ ਆਪ ਨੂੰ ਹੁਣ ਪਛਾਣ ਕਰ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਨਾ ਜਿਵੇਂ ਆਪਾਂ ਕਹਿੰਨੇ ਹੁੰਦੇ ਆ ਵੀ ਅੱਗੇ ਲੋਕ ਨੌਕਰੀ ਜਾਂ ਜ਼ਮੀਨਾਂ ਦੇ ਏਕੇ ਰਿਸ਼ਤੇ ਕਰਦੇ ਹੁੰਦੇ ਸੀ ਹੁਣ ਸੱਚੀ ਲੋਕਾਂ ਨੇ ਇਹੀ ਚੀਜ਼ਾਂ ਦੇਖ ਕੇ ਕਰਨ ਲੱਗ ਜਾਣਾ ਕਿਉਂਕਿ ਜੇ ਮੈਂ ਤੁਹਾਨੂੰ ਦੱਸ ਜੀ ਨਾ ਕਿ ਪਾਕਿਸਤਾਨ ਦੀ ਇੱਕ ਬਲੌਗਰ ਆ ਮਿਲੀਅਨ ਵਿਊ ਆ ਜਾਂਦੇ ਨੇ ਇੱਕ ਦਿਨ 'ਚ ਉਹਦੇ ਬਲੌਗ ਦੇ ਹੈ ਨਾ ਜਿਹੜੀ ਸਿਰਫ ਇਹ ਹੀ ਦੱਸਦੀ ਆ ਵੀ ਸਵੇਰੇ ਉੱਠ ਕੇ ਮੈਂ ਚਾਹ ਬਣਾਉਣੀ ਆ ਉਸ ਤੋਂ ਬਾਅਦ ਬੱਚਿਆਂ ਨੂੰ ਨਾਸ਼ਤਾ ਦੰਨੇ ਹੁਣ ਮੇਰੇ ਪਤੀ ਘਰੇ ਆ ਗਏ ਹੁਣ ਬਾਹਰ ਚਲੇ ਗਏ ਮੈ ਸੇਮ ਸਾਰਾ ਕੁਝ ਸਾਰੇ ਦਿਨ ਚਾਪਾ ਕਰਦੇ ਆ ਨਾ ਤੇ ਜਦੋਂ ਮੈਨੂੰ ਲੱਗਣ ਲੱਜੂਗਾ ਵੀ ਯਾਰ ਉਹ ਤਾਂ ਸਾਰਾ ਦਿਨ ਆਹੀ ਕੰਮ ਕਰਕੇ ਸ਼ਾਮ ਨੂੰ 1000 ਰੁਪਈਆ ਕੁੱਟ ਰਹੀਂਦੀ ਆ ਤੇ ਮੈਂ ਤਾਂ ਕੁਝ ਵੀ ਨਹੀਂ ਕਰ ਪਾ ਰਹੀ ਨਾ ਮੈਨੂੰ ਲੱਗਾ ਫਿਰ ਮੈਂ ਵੀ ਕਿਤੇ ਨਾ ਕਿਤੇ ਘਰੇ ਕਲੇਸ਼ ਪਾਉਂਗੀ ਵੀ ਮੈਨੂੰ ਵੀ ਕੈਮਰਾ ਲੈ ਦੋ ਮੈਂ ਵੀ ਇਹ ਸਾਰਾ ਕੁਛ ਨਾ ਕਰਾਂ ਅਕੀ ਤੁਹਾਨੂੰ ਯਾਦ ਹੈ ਕਿ ਆਪਣੇ ਪਰਿਵਾਰਾਂ ਚ ਜਿਹੜੇ ਆਪਣੇ ਘਰਾਂ ਦਾ ਬਣਾਉਣ ਦਾ ਤਰੀਕਾ ਹੁੰਦਾ ਸੀ ਇੱਕ ਬੈਠਕ ਹੁੰਦੀ ਸੀ ਹੈ ਨਾ ਵੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਅਣਜਾਣ ਬੰਦਾ ਉਹ ਘਰ ਚ ਨਹੀਂ ਆਊਗਾ ਹੈ ਨਾ ਤੇ ਹੁਣ ਲੋਕ ਬੈਡਰੂਮ ਤੱਕ ਵੀ ਦਿਖਾਈ ਜਾਂਦੇ ਆ ਮੈਂ ਜਦੋਂ ਆਪਣੇ ਪਿੱਕੇ ਜਾਣੀ ਹੁੰਨੀ ਆ ਜਾਂ ਤੁਸੀਂ ਵੀ ਆਪਣੇ ਪਿੱਕੇ ਜਾਂਦੇ ਹੋਗੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਹਲੇ ਤੱਕ ਵੀ ਅਸੀਂ ਜਿਹੜੇ ਪਰਿਵਾਰਾਂ ਚੋਂ ਆਏ ਆ ਮੈਂ ਆਪਣੇ ਘਰ ਵਾਲੇ ਦਾ ਹੱਥ ਤੱਕ ਨਹੀਂ ਫੜ ਸਕਦੀ ਆਪਣੇ ਪਿੱਕੇ ਪਰਿਵਾਰ ਚ ਨਾ ਜਾ ਕੇ ਉੱਚ ਜਿੱਕਾ ਸਾਡੇ ਮਨ ਦੇ ਅੰਦਰ ਇਹ ਨਹੀਂ ਹੈਗਾ ਕਿ ਸਾਨੂੰ ਉੱਥੇ ਕਿਸੇ ਨੇ ਡੰਗ ਮਾਰ ਦੇਣੀ ਹੈ ਨਾ ਤੇ ਮੇਰੇ ਲੱਗਦਾ ਲੋਕ ਉੱਥੇ ਬੈਡਰੂਮ ਦੇ ਸੀਨ ਪਾਈ ਜਾਂਦੇ ਆ ਤੇ ਉਹਨਾਂ ਦੇ ਮਾਪਿਓ ਵੀ ਦੇਖੀ ਜਾਂਦੇ ਆ ਬੈਠ ਕੇ ਜਿਹੜਾ ਨਾ ਜਿਹੜੀਆਂ ਆਪਾਂ ਜਿਹੜੇ ਦੇਸ਼ਨ ਆਪਾਂ ਕਹਿੰਦੇ ਆ ਵੀ ਇਹ ਤਾਂ ਬਹੁਤ ਐਡਵਾਂਸ ਨੇ ਬਹੁਤ ਮਾਡਰਨ ਨੇ ਕਈ ਵਾਰ ਮੇਰੀ ਭੈਣ ਤਾਂ ਸਿੱਧਿੰਦੀ ਆ ਕਹਿੰਦੀ ਵੀ ਆਪਣੇ ਚਲੋ ਆਪਣੇ ਲੋਕਾਂ ਨੂੰ ਹੁੰਦਾ ਵਾ ਜੀਮੇ ਜਦੋਂ ਕਿਤੇ ਉਹ ਬਾਹਰ ਕਿਸੇ ਦੇ ਘਰੇ ਜਾਂਦੇ ਨੇ ਵੀ ਸਾਰਾ ਹੀ ਘਰ ਵੜ ਕੇ ਦੇਖ ਆਉਂਦੇ ਨੇ ਪਰ ਕਹਿੰਦੇ ਇੱਧਰ ਮੈਕਸਿਮਮ ਲੋਕੀ ਨਾ ਸਾਰਾ ਘਰ ਦਿਖਾ ਦੇਣਗੇ ਪਰ ਬੈਡਰੂਮ ਨਹੀਂ ਦਿਖਾਉਂਦੇ ਤੇ ਨਾ ਹੀ ਮਤਲਬ ਜਿਹੜੇ ਇੱਧਰਲੇ ਲੋਕੀ ਨੇ ਵੀ ਉਹ ਕਿਸੇ ਦਾ ਬੈਡਰੂਮ ਇਦਾਂ ਜਾ ਕੇ ਖੋਲਦੇ ਨੇ ਹਨਾ ਜਿਹੜੀਆਂ ਜਿਹੜੀਆਂ ਕੰਟਰੀਜ਼ ਨੂੰ ਸੀ ਕਿੰਨੇ ਵੀ ਤਾਂ ਬਹੁਤ ਐਡਵਾਂਸ ਨੇ ਬਹੁਤ ਮਾਡਰਨ ਨੇ ਬਹੁਤ ਹੀ ਜ਼ਿਆਦਾ ਵੈਸਟਰਨਾਈਜ਼ ਹੋ ਚੁੱਕੀਆਂ ਨੇਗੀਆਂ ਉੱਥੇ ਵੀ ਲੋਕਾਂ ਨੂੰ ਪਤਾ ਹੈ ਕਿ ਇਹ ਪ੍ਰਾਈਵੇਸੀ ਆ ਜਾਂ ਇੱਥੇ ਮੇਰਾ ਜਾਣ ਦਾ ਹੱਕ ਨਹੀਂ ਬਣਦਾ ਹੈਗਾ ਨਾ ਕਾ ਉੱਥੇ ਅਸੀਂ ਸਾਰਾ ਕੁਝ ਆਪਣੀ ਨਿੱਜਤਾ ਨੂੰ ਤੁਸੀਂ ਆਪ ਹੀ ਖਲਾਰੇ ਪਾਈ ਜਾਂਦੇ ਹੋ ਉੱਥੇ ਨਾ ਤੁਸੀਂ ਖੂਲ ਆਪਣੇ ਬੈਡਰੂਮ ਦੀਆਂ ਰੈਨੋਵੇਸ਼ਨਸ ਹੋ ਗਈਆਂ ਕਈ ਵਾਰ ਤਾਂ ਮੈਨੂੰ ਲੱਦ ਹੁੰਦਾ ਵੀ ਬਲੌਗ ਬਣਾਉਣ ਖਾਤਰ ਹੀ ਲੱ ਕਰ ਰਹੀ ਆ ਵੀ ਐਂ ਹੀ ਲਾ ਦਿੰਦੇ ਮੈਨੂੰ ਅੱਜ ਮੈਂ ਤੁਹਾਨੂੰ ਜਿਵੇਂ ਕਿਹਾ ਨਹੀਂ ਵੀ ਉਹ ਖਰੀਦਦਾਰੀ ਅਸਲੀ ਕਰਦੇ ਆ ਵੀ ਚਲ ਆ ਜੇ ਇੱਕ ਬਲੌਗ ਬਣ ਜੂਗਾ ਹਨਾ ਬਣਾਓ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਣਾਓ ਜੀ ਤੁਹਾਡਾ ਦਿਲ ਕਰਦਾ ਪਰ ਉਹਦੇ ਵਿੱਚ ਮੈਨੂੰ ਲੱਦ ਹੁੰਦਾ ਕੋਈ ਤਾਂ ਵੀ ਪਰਪਸ ਨਾ ਭੁੱਲੋ ਵੀ ਇਹਦਾ ਪਰਪਸ ਕੀ ਆ ਹਨਾ ਵੀ ਮੈਂ ਕੀ ਦਿਖਾਉਣਾ ਵੀ ਜੋ ਚੀਜ਼ ਮੈਂ ਦਿਖਾ ਰਿਹਾ ਇਹਦੀ ਲੋਕਾਂ ਨੂੰ ਲੋੜ ਹੈਗੀ ਆ ਜਾਂ ਨਹੀਂ ਹੈਗੀ ਜਿਵੇਂ ਇੱਕ ਕ ਬਲੌਗ ਬਣਾਉਂਦਾ ਉਹ ਦੱਸਦੇ ਨੇ ਵੀ ਸਾਡੀ ਜਰਨੀ ਕੀ ਸੀਗੀ ਅਸੀਂ ਪਿੱਛੋਂ ਕੀ ਪੜੇ ਲਿਖੇ ਸੀ ਫਿਰ ਅਸੀਂ ਇੱਧਰ ਕਿਵੇਂ ਆਏ ਇੱਧਰ ਆ ਕੇ ਸਭ ਕਿਹੜੀਆਂ-ਕਿਹੜੀਆਂ ਸਾਡੇ ਚੈਲੰਜੇਸ ਸੀਗੇ ਹਨਾ ਵੀ ਜਾਂ ਔਨਸਾਰ ਸਾਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਈਆਂ ਅਸੀਂ ਕਿੰਨਾ-ਕਿੰਨੀਆਂ ਡਿਫਿਕਲਟੀ ਸੀਗੀਆਂ ਜਿਹਦੇ 'ਚ ਅਸੀਂ ਕਿਵੇਂ ਬਾਹਰ ਨਿਕਲੇ ਉਹ ਹੋ ਸਕਦਾ ਵੀ ਮੇਰੇ ਵਰਗਾ ਜੇ ਕੋਈ ਬੰਦਾ ਉਧਰ ਨਵਾਂ ਜਾ ਰਿਹਾ ਵਾ ਉਹਦੇ ਲਈ ਇੱਕ ਗਾਈਡੈਂਸ ਹੋ ਸਕਦੀ ਆ ਵੀ ਨਹੀਂ ਉਹਨਾਂ ਨੇ ਫਿਰ ਉਹ ਦੱਸਦੇ ਨੇ ਵੀ ਜਦੋਂ ਤੁਸੀਂ ਨਵੇਂ ਆਉਣਿਓ ਤਾਂ ਤੁਹਾਡੇ ਕੋਲੇ ਇੰਨੇ ਕ ਪੈਸੇ ਹੁੰਦੇ ਨੇ ਜੇ ਤੁਸੀਂ ਜੌਬ ਸ਼ੁਰੂ ਕਰਕੇ ਵੀ ਤਾਂ ਤੁਸੀਂ ਇੰਨੇ ਕ ਪੈਸਿਆਂ 'ਚ ਤੁਸੀਂ ਕਿਹੋ ਜਿਹੀ ਅਕੋਮੋਡੇਸ਼ਨ ਲੱਭੋ ਜਿਹੜੀ ਕਿ ਤੁਹਾਡੇ ਰਹਿਣ ਲਈ ਵੀ ਚੰਗੀ ਹੋਵੇ ਤੁਹਾਡੇ ਬਜਟ 'ਚ ਵੀ ਹੋਵੇ ਤੇ ਤੁਹਾਡੀ ਥੋੜੀ-ਬਹੁਤੀ ਸੇਵਿੰਗ ਵੀ ਹੁੰਦੀ ਰਹੇ ਹਨਾ ਚਾਹੇ ਜੇ ਤੁਸੀਂ ਗਰੋਸਰੀ ਲੈ ਕੇ ਆਉਨੇ ਹੋ ਤਾਂ ਉਹਨੂੰ ਤੁਸੀਂ ਇਸ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਵੀ ਤੁਸੀਂ ਆਹ ਚੀਜ਼ਾਂ ਘੱਟ ਵੱਧ ਕਰਕੇ ਜਾਂ ਕਿਹੜੀਆਂ ਚੀਜ਼ਾਂ ਨਾ ਯੂਜ਼ ਕਰਕੇ ਤੁਸੀਂ ਆਪਣੀ ਉੱਥੇ ਬਚਤ ਤੁਸੀਂ ਕਰ ਸਕਦੇ ਹੋ ਹਨਾ ਹੁਣ ਉਹ ਤਾਂ ਹੋ ਗਈ ਪੱਤੇ ਦੀ ਗੱਲ ਵੀ ਜੇ ਤੁਹਾਡੀ ਆ ਅਕਾਦੈਮਿਕ ਬੈਕਗਰਾਉਂਡ ਆ ਤੁਸੀਂ ਇੱਧਰ ਆ ਕੇ ਇਹੋ ਜਿਹੀ ਜੋਬ ਲੱਭ ਸਕਦੇ ਹੋ ਜਾਂ ਜੇ ਤੁਸੀਂ ਇੱਧਰ ਆ ਕੇ ਆ ਪੜਾਈ ਪੜ ਲਮੋ ਤਾਂ ਫੇਰ ਤੁਹਾਨੂੰ ਇੱਧਰ ਇਹੋ ਜਿਹੀ ਜੋਬ ਲੱਗ ਸਕਦੀ ਆ ਇਹ ਤਾਂ ਚਲੋ ਮੰਨਿਆ ਵੀ ਹਾਂ ਇੱਕ ਇਨਫੋਰਮੇਸ਼ਨ ਜਾਂ ਇਕਨੋਲਜ ਸ਼ੇਅਰਿੰਗ ਹੋ ਗਿਆ ਹਨਾ ਵੀ ਤੁਸੀਂ ਕਿਸੇ ਅਣਜਾਣ ਬੰਦੇ ਦੇ ਲਈ ਇੱਕ ਵਧੀਆ ਗਾਈਡੈਂਸ ਤਿਆਰ ਕਰਤੀ ਵੀ ਜਿਹਨੂੰ ਸ਼ਾਇਦ ਉਸ ਚੀਜ਼ ਦੀ ਲੋੜ ਵੀ ਹੋਵੇ ਹਨਾ ਪਰ ਜਿਵੇਂ ਅਸੀਂ ਅੱਜ ਮੱਥਾ ਟੇਕਣ ਜਾ ਰਹੇ ਆ ਅੱਜ ਅਸੀਂ ਬਰਥਡੇ ਸੈਲੀਬ੍ਰੇਟ ਕਰ ਰਹੇ ਆ ਅੱਜ ਅਸੀਂ ਘਰੇ ਕੰਦੂ ਦੋਲ ਰਹੇ ਆ ਨਹੀਂ ਅਸੀਂ ਅਫਸੋਸ ਵੀ ਕਰਨ ਜਾ ਰਹੇ ਹਾਂ ਅੱਜ ਅਸੀਂ ਅਫਸੋਸ ਕਰਨ ਜਾ ਰਹੇ ਆ ਹਨਾ ਉਹ ਚੀਜ਼ਾਂ ਮੈਨੂੰ ਲੱਗਦੀਆਂ ਹੁੰਦੀਆਂ ਨੇ ਕਿ ਉਹ ਕਿਸੇ ਨੂੰ ਦਿਖਾਉਣ ਦੇ ਲਈ ਜ਼ਰੂਰੀ ਨਹੀਂ ਉਹ ਤਾਂ ਫਿਰ ਤੁਸੀਂ ਸਿੱਧਾ-ਸਿੱਧਾ ਕੋਈ ਵੀ ਤੁਸੀਂ ਇੱਕ ਜਿਹੜਾ ਡੇਲੀ ਦਾ ਆਪਣਾ ਬਲੌਗ ਪਾਉਣਾ ਹੁੰਦਾ ਹਨਾ ਆਪਦੀ YouTube ਚੈਨਲ ਦੀ ਕੰਟੀਨਿਊਟੀ ਦੇ ਲਈ ਤੁਸੀਂ ਸਿਰਫ ਇੱਕ ਉਹ ਕਰ ਰਹੇ ਹੋ ਪਰ ਇਹ ਵੀ ਦੇਖੋ ਵੀ ਤੁਸੀਂ ਸਿਰਫ ਜਿਹੜਾ ਆਪਣੀ ਕੰਟੀਨਿਊਟੀ ਜਾਂ ਸਿਰਫ ਤੁਸੀਂ ਆਪਣੀ ਮਨੀ ਅਰਨਿੰਗ ਦੇ ਲਈ ਕਰ ਰਹੇ ਹੋ ਉਹ ਇੱਕ ਆਮ ਬੰਦੇ ਦੇ ਉੱਪਰ ਕਿੰਨਾ ਦਾਦਾ ਅਸਰ ਪਾ ਰਿਹਾ ਵਾ ਹਨਾ ਕੀ ਵੇਰ ਮੈਨੂੰ ਆਇਆ ਹੁੰਦਾ ਵੀ ਆਪਾਂ ਤਾਂ ਇੱਕ ਨੌਕਰੀ ਵੀ ਕਰਦੇ ਆ ਆਪਣੇ ਕੋਲ ਤਾਂ ਖਾ ਵੀ ਹੁੰਦੀ ਐ ਪੈਸੇ ਵੀ ਕਿਸੇ ਤੋਂ ਨਹੀਂ ਮੰਗਣੇ ਹੁੰਦੇ ਇੰਨੀ ਸ਼ਾਪਿੰਗ ਆਪਾਂ ਕਰਤੇ ਨਹੀਂ ਕਰਦੇ ਹੈਗੇ ਛੋਟੇ ਛੋਟੇ ਬੱਚੇ ਗਰੀਬ ਇਸ ਚੀਜ਼ ਤੋਂ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਗਿਫਟਸ ਇਹ ਲੋਕ ਆਪਣੇ ਬੱਚਿਆਂ ਨੂੰ ਦਿੰਦੇ ਆ ਤੁਸੀਂ ਸਾਨੂੰ ਕਿਉਂ ਨਹੀਂ ਦੇ ਰਹੇ ਬੱਚਿਆਂ ਤੋਂ ਪਹਿਲੇ ਮੈਨੂੰ ਯਾਦ ਆਇਆ ਤੇ ਸਭ ਤੋਂ ਜ਼ਿਆਦਾ ਸ਼ਿਕਾਇਤ ਮੈਨੂੰ ਉਹਨਾਂ ਮਾਪੇ ਦੇ ਨਾਲ ਆ ਜਿਨ੍ਹਾਂ ਨੇ ਆਪਦੇ ਨਾਲ ਇੰਨੇ ਇੰਨੇ ਸਕੂਲ ਜਾਂਦੇ ਨਿਆਣਿਆਂ ਦੇ ਵੀ ਉਹਨਾਂ ਨੇ ਬਲੌਗ ਸ਼ੁਰੂ ਕੀਤੇ ਹੋਏ ਨੇ ਤੇ ਉਹਨਾਂ ਨਿਆਣਿਆਂ ਦੇ ਵਿੱਚ ਇਨੋਸੈਂਸ ਨਾਲ ਦੀ ਕੋਈ ਚੀਜ਼ ਬਚੀ ਹੋਈ ਹੈ ਨਹੀਂ ਹੈ ਨਾ ਇਹ ਪਰ ਥੋੜੇ ਦਿਨ ਪਹਿਲਾਂ ਹੀ ਆਪਾਂ ਡਿਸਕਸ ਕਰਦੀ ਸੀ ਵੀ ਇੱਕ ਛੋਟੀ ਜੀ ਕੁੜੀ ਆ ਵੀ ਉਹਦੇ ਵਿੱਚ ਨਾ ਛੋਟੇ ਬੱਚੀ ਵਾਲੀ ਕੋਈ ਗੱਲ ਲੱਗਦੀ ਹੋਈ ਨਹੀਂ ਉਹ ਇੱਕ ਵੱਡੀ ਜਨਾਨੀ ਵਾਂਗੂ ਤਿਆਰ ਹੁੰਦੀ ਆ ਵੱਡੀ ਜਨਾਨੀ ਵਰਗੀ ਉਹਦੇ ਹਾਵ ਭਾਵ ਹੁੰਦੇ ਨੇ ਉਹਦਾਂ ਹੀ ਉਹ ਨੱਚ ਕੇ ਵਲੌਗਸ ਬਣਾਉਂਦੀ ਆ ਆਪਣੀ ਵੀਡੀਓਜ਼ ਬਣਾਉਂਦੀ ਆ ਹਨਾ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੁਹਾਨੂੰ ਦੱਸਦਾ ਵੀ ਤੁਸੀਂ ਕਿਹੜੀ ਉਮਰ ਤੋਂ ਸੋਸ਼ਲ ਮੀਡੀਆ ਯੂਜ਼ ਕਰਨਾ ਇੰਸਟਾਗ੍ਰam ਅਕਾਊਂਟ ਤੁਸੀਂ ਜੇ ਛੋਟੇ ਬੱਚੇ ਦਾ ਬਣਾਓਗੇ ਨਾ ਤਾਂ ਉਹ ਡਿਨਾਈ ਕਰ ਦਿੰਦੇ ਨੇਗੇ ਹਨਾ ਤਾਂ ਇੱਥੋਂ ਸਾਨੂੰ ਸਿੱਖਣਾ ਚਾਹੀਦਾ ਕਿ ਜਿਹੜਾ ਸੋਸ਼ਲ ਮੀਡੀਆ ਵਾ ਨਾ ਉਹਦੇ ਲਈ ਵੀ ਉਹਨਾਂ ਨੇ ਇੱਕ ਏਜ ਤੈਅ ਕੀਤੀ ਹੋਈ ਹੈ ਉਮਰ ਤੈਅ ਕੀਤੀ ਹੋਈ ਹੈ ਵੀ ਇਸ ਤੋਂ ਇਸ ਉਮਰ ਤੋਂ ਘੱਟ ਦਾ ਬੰਦਾ ਜਿਹੜਾ ਉਹ ਸੋਸ਼ਲ ਮੀਡੀਆ ਨਹੀਂ ਚਲਾ ਸਕਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸੋਸ਼ਲ ਮੀਡੀਆ ਕਿੱਦਾਂ ਦੀ ਚੀਜ਼ ਆ ਵੀ ਕਈ ਵਾਰੀ ਤੁਹਾਡੇ ਨਾਲ ਚੀਜ਼ਾਂ ਚੰਗੀਆਂ ਵੀ ਹੁੰਦੀਆਂ ਨੇ ਮਾੜੀਆਂ ਵੀ ਹੁੰਦੀਆਂ ਨੇ ਸੋ ਬੱਚਾ ਉਹਨਾਂ ਚੀਜ਼ਾਂ ਨੂੰ ਨਹੀਂ ਹੈਂਡਲ ਕਰ ਸਕਦਾ ਜਾਂ ਫਿਰ ਇਹ ਪਲੇਟਫਾਰਮ ਬੱਚਿਆਂ ਦੇ ਲਈ ਨਹੀਂ ਬਣਿਆ ਹੈਗਾ ਹਾਂ ਬਿਲਕੁਲ ਪਰ ਸਾਡੇ ਲੋਕੀ ਉੱਥੇ ਆਪਦੀ ਉਮਰਾਂ ਪਾ ਪਾ ਕੇ ਬੱਚਿਆਂ ਦੇ ਨਾਂ ਤੇ ਬਲੌਗਸ ਬਣਾ ਕੇ ਮਤਲਬ ਇੰਨਾ ਜ਼ਿਆਦਾ ਹਾਈਲਾਈਟ ਕਰਦੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਵੀ ਜਿਹੜੀ ਉਮਰ ਤੁਹਾਡੇ ਬੱਚੇ ਦੀ ਖੇਡਣ ਦੀ ਸੀ ਖਾਣ ਪੀਣ ਦੀ ਸੀ ਆਪਦੀ ਉਮਰ ਦੇ ਲੋਕਾਂ ਚ ਰਹਿਣ ਦੀ ਸੀ ਜਿੱਥੇ ਇਹ ਚੀਜ਼ਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਆਉਣੀਆਂ ਚਾਹੀਦੀਆਂ ਵੀ ਪਪੂਲੈਰਿਟੀ ਕੀ ਹੁੰਦੀ ਆ ਅਟੈਨਸ਼ਨ ਕੀ ਹੁੰਦੀ ਐ ਨੇ ਛੋਟੇ ਬੱਚੇ ਨੂੰ ਅਟੈਨਸ਼ਨ ਪਾਉਣੀ ਆਪਾਂ ਵੈਸੇ ਵੀ ਘਰ 'ਚ ਕਹਿੰਦੇ ਹਾਂ ਵੀ ਜੋ ਜ਼ਿਆਦਾ ਜ਼ਰੂਰਤੋਂ ਜ਼ਿਆਦਾ ਲਾਡ ਨਹੀਂ ਮਿਲਣਾ ਚਾਹੀਦਾ ਨਿਆਣੇ ਨੂੰ ਹਨਾ ਸੋ ਇੰਨੀ ਛੋਟੀ ਉਮਰ ਦੇ ਵਿੱਚ ਉਹਨੂੰ ਇੰਨੀ ਜ਼ਿਆਦਾ ਅਟੈਂਸ਼ਨ ਮਿਲ ਰਹੀ ਆ ਹਨਾ ਬਾਹਰੋਂ ਲੋਕਾਂ ਤੋਂ ਤਾਂ ਤੁਹਾਨੂੰ ਲੱਗਦਾ ਵੀ ਉਹ ਉਸ ਉਮਰ ਚ ਉਹਦੇ ਲਈ ਸਹੀ ਹੋਊਗਾ ਸੋਸ਼ਲ ਮੀਡੀਆ ਨੇ ਵੀ ਉਮਰ ਤੈਅ ਕੀਤੀ ਹੋਈ ਆ ਵੀ ਇਸ ਤੋਂ ਵੱਡੀ ਉਮਰ ਦੇ ਲੋਕ ਸੋਸ਼ਲ ਮੀਡੀਆ ਚਲਾ ਸਕਦੇ ਨੇ ਆਪਣਾ account ਬਣਾ ਸਕਦੇ ਨੇ ਪਰ ਸਾਡੇ ਲੋਕਾਂ ਨੂੰ ਹਲੇ ਵੀ ਉਹ ਚੀਜ਼ ਸਮਝ ਨਹੀਂ ਆਉਂਦੀ ਹੈਗੀ ਬਿਲਕੁਲ ਮੈਨੂੰ ਤਾਂ ਅਗਰ ਦੀ ਵੀ ਇਸ ਚੀਜ਼ ਦਾ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੁੰਦਾ ਵੀ ਇਸ ਇਨ੍ਹਾਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦੇ ਰਹਿਣ ਸਹਿਣ ਨੂੰ ਹਰੇਕ ਚੀਜ਼ ਨੂੰ ਕਿੰਨਾ ਮਤਲਬ ਇੱਕ ਤਰ੍ਹਾਂ ਨਾਲ ਸਾਡੀ ਸੋਚ ਹੀ ਇੰਨੀ ਹੌਲੀ ਹੋ ਗਈ ਵੀ ਸਾਨੂੰ ਲੱਗਦਾ ਹੀ ਨਹੀਂ ਹੁਣ ਕੁਝ ਵੀ ਆ ਚੀਜ਼ਾਂ ਸੀ ਲੁਕੋ ਕੇ ਦੁਨੀਆ ਤੋਂ ਰੱਖਣੀਆਂ ਨੇ ਹਨਾ ਅੱਗੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਸੀ ਉਹ ਰੋਟੀ ਵੀ ਪਰਦੇ ਚ ਬੈ ਕੇ ਖਾਂਦੇ ਹੁੰਦੇ ਸੀ ਹਨਾ ਆਪਣੀ ਆਪਣੇ ਨਾ ਬੱਚੇ ਨੂੰ ਦੁੱਧ ਵੀ ਨਹੀਂ ਸੀ ਸਾਹਮਣੇ ਪਿਆਉਂਦੇ ਹੁੰਦੇ ਇਹਦਾ ਮਤਲਬ ਇਹ ਨਹੀਂ ਸੀਗਾ ਵੀ ਕੋਈ ਚਾਹੁੰਦਾ ਸੀਗਾ ਵੀ ਹਾਂ ਵੀ ਮਾਂ ਬਾਹਰ ਬੈਠ ਕੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ ਆਪਣੇ ਇਹ ਹੁੰਦਾ ਸੀਗਾ ਵੀ ਭਾਈ ਪਰਦਾ ਕਰ ਲਓ ਪਰਦਾ ਕਰ ਲਓ ਹਨਾ ਕਿਉਂ ਇਹ ਸੱਚੀ ਹੁੰਦੀਆਂ ਵੀ ਸੀਗੀਆਂ ਚੀਜ਼ਾਂ ਵੀ ਹਾਂ ਵੀ ਕੋਈ ਟੋਕ ਨਾ ਜਾਵੇ ਨਾ ਨਿਆਣੇ ਨੂੰ ਮੋੜ ਕੇ ਦੁੱਧ ਨਹੀਂ ਪੀਣਾ ਹੈਗਾ ਜਾਂ ਜਿਹੜੀ ਕੋਈ ਮੇਰਾ ਇੱਕ ਮਾਮੇ ਦਾ ਮੁੰਡਾ ਉਹ ਨਾ ਜਦੋਂ ਪਹਿਲਵਾਨੀ ਕਰਨ ਲੱਗਿਆ ਸੀ ਉਹ ਉਹਨਾਂ ਨੇ ਨਾ ਪਹਿਲੇ ਦਿਨ ਜਿਹੜੇ ਉਹਨਾਂ ਦੇ ਗੁਰੂ ਸੀਗੇ ਤਾਂ ਉਹ ਉਹਨਾਂ ਨੇ ਦੱਸਿਆ ਜਿਹੜੇ ਉਹਨਾਂ ਨੂੰ ਸਿਖਾਉਂਦੇ ਸੀ ਵੀ ਆਹ ਆਹ ਤੇਰੀ ਖਰਾਕ ਆ ਤੇ ਕਿਸੇ ਦੇ ਸਾਹਮਣੇ ਨਹੀਂ ਖਾਣੀ ਤੇ ਹਣਾ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਨੇ ਗਰਦੀਪ ਤੁਸੀਂ ਦੇਖੋ ਵੀ ਸੱਚੀ ਮਤਲਬ ਮੈਂ ਕਹਿੰਦੀ ਆ ਵੀ ਇੰਨਾ ਚੀਜ਼ਾਂ ਨੂੰ ਦੇਖ ਦੇ ਕੇ ਨਾ ਸਾਡੀ ਸੋਚ ਹੌਲੀ ਹੋ ਗਈ ਸਾਨੂੰ ਸੱਚੀ ਨਹੀਂ ਨਿੱਜਤਾ ਮਤਲਬ ਲੱਗਦੀ ਵੀ ਆਹ ਚੀਜ਼ ਸਾਡੀ ਸਿਰਫ ਨਿੱਜੀ ਆ ਤੇ ਇਹ ਕਿਸੇ ਹੋਰ ਤੱਕ ਨਾ ਜਾਵੇ ਹਣਾ ਹੁਣ ਜਿਹੜੇ ਮਤਲਬ ਬਹੁਤ ਸਾਰੇ ਕਪਲ ਨੇ ਜਦੋਂ ਲੜਦੇ ਨੇ ਖਾਸ ਕਰਕੇ ਆ ਜਿਵੇਂ ਕੋਈ ਸੜਕ ਤੇ ਲੜ ਰਿਹਾ ਕੋਈ ਆਪਦੇ ਘਰੇ ਲੜ ਰਿਹਾ ਲੋਕ ਉਹ ਵੀ ਵੀਡੀਓ ਚੱਕ ਚੱਕ ਜੇ ਮਤਲਬ ਆਪ ਨਹੀਂ ਬਣਾ ਰਹੇ ਤਾਂ ਕੋਈ ਦੂਜਾ ਬਾਹਰ ਵਾਲਾ ਬਣਾਈ ਜਾਂਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਇਹ ਇਹਨਾਂ ਦੀ ਨਿੱਜੀ ਚੀਜ਼ ਆ ਹਰੇਕ ਘਰ ਚ ਲੜਾਈ ਹੋ ਸਕਦੀ ਆ ਉੱਥੇ ਸੱਸ ਨੋਹ ਦੀ ਵੀ ਹੁੰਦੀ ਆ ਉੱਥੇ ਮਤਲਬ ਆਪਸੀ ਵੀ ਸਾੜੀ ਹੋ ਸਕਦੀ ਆ ਤੇ ਸਾਨੂੰ ਉਹ ਵੀ ਦੇਖਣ ਨੂੰ ਮਿਲੇ ਜਾਂਦੀ ਆ ਕਿਉਂਕਿ ਲੋਕਾਂ ਨੂੰ ਇਹ ਬਲੌਗ ਦੇਖ ਦੇ ਕੇ ਲੱਗਣ ਲੱਗ ਗਿਆ ਵੀ ਨਿੱਜੀ ਕੁਝ ਨਹੀਂ ਹੁੰਦਾ ਜ਼ਿੰਦਗੀ ਚ ਹਨਾ ਹੁਣ ਤੁਸੀਂ ਦੇਖੋ ਅੱਗੇ ਲੋਕ ਕਾਰੋਬਾਰ ਕਰਦੇ ਹੁੰਦੇ ਸੀਗੇ ਵਿਆਹ ਕਰਦੇ ਹੁੰਦੇ ਸੀ ਤਾਂ ਸਾਰੀ ਖਰੀਦਦਾਰੀ ਮਤਲਬ ਐ ਹੁੰਦੀ ਹੁੰਦੀ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਇੱਕ ਦਿਨ ਮੈਂ ਇੱਕ ਬਲੌਗ ਦੇਖ ਰਹੀ ਸੀ ਉਹਨਾਂ ਨੇ ਬਲੌਗ ਪਾਇਆ ਚਲੋ ਸ਼ੂਟ ਤਾਂ ਉਹਨਾਂ ਨੇ 2-3 ਦਿਨ ਪਹਿਲਾਂ ਕੀਤਾ ਹੋਣਾ ਅਪਡੇਟ ਬਾਅਦ ਚੋ ਹੋਇਆ ਵੀ ਅਸੀਂ 48 ਲੱਖ ਰੁਪਈਆ ਲੈ ਕੇ ਕੋਠੀ ਖਰੀਦਣ ਜਾ ਰਹੇ ਹਾਂ ਹੈਨਾ ਤੇ ਮੈਨੂੰ ਲੱਗਿਆ ਵੀ ਉਹਨਾਂ 'ਚੋ ਇੱਕ ਵੀ ਸਿਆਣਾ ਨਹੀਂ ਉਸ ਟੱਬਰ 'ਚ ਹੈਗਾ ਵੀ ਮੰਨ ਲਓ ਤੁਸੀਂ ਚਾਹੇ ਜੀ ਤੁਸੀਂ ਤਾਂ ਦੇ ਆਏ ਸਾਹਮਣੇ ਵਾਲੇ ਬੰਦੇ ਨੂੰ ਪੈਸੇ ਹਨਾ ਕੱਲ ਨੂੰ ਅਗਲਾ ਤੁਹਾਨੂੰ ਵੈਸੇ ਹੀ ਤੁਹਾਡੇ ਘਰੇ ਕੋਈ ਆ ਜਾਵੇ ਚਾਰ ਬੰਦੇ ਤੁਹਾਨੂੰ ਲੁੱਟਣ ਆ ਜਾਣ ਵੀ ਜਿਨ੍ਹਾਂ ਕੋਲੇ ਪਰਸੋਂ 48 ਲੱਖ ਸੀ ਥੋੜੇ ਬਹੁਤੇ ਤਾਂ ਅੱਜ ਵੀ ਹੋਣ ਗਏ ਹਨਾ ਹੁਣ ਆਪਣੇ ਮੰਮੀ ਹੁੰਦੇ ਨੇ ਜਿਵੇਂ ਘਰਾਂ 'ਚ ਆਪਣੇ ਬਜ਼ੁਰਗ ਨੇ ਉਹ ਮਤਲਬ ਮਾਵਾਂ ਵੀ ਸਾਡੀਆਂ ਇੰਨੀਆਂ ਸਿਆਣੀਆਂ ਨੇ ਵੀ ਉਹ ਸਾਡੇ ਸਾਰੇ ਕਮਰੇ ਚ ਆ ਜਾਣਗੀਆਂ ਪਰ ਕਦੀ ਐਵੇਂ ਖੋਲ ਕੇ ਤੁਹਾਡੀ ਅਲਮਾਰੀ ਨਹੀਂ ਦੇਖਣਗੀਆਂ ਉਹਨਾਂ ਨੂੰ ਹੁੰਦਾ ਵੀ ਇਹ ਚ ਮੇਰੀ ਨੋਹ ਦਾ ਆ ਜਾਂ ਮੇਰੇ ਮੁੰਡੇ ਦਾ ਕੁਝ ਨਿੱਜੀ ਵੀ ਹੋ ਸਕਦਾ ਹੈ ਨਾ ਤੇ ਇਹ ਤੁਸੀਂ ਦੇਖਿਓ ਵੀ ਬਲੌਗਰ ਖੁਦ ਆਪਦੀਆਂ ਅਲਮਾਰੀਆਂ ਖੋਲ-ਖੋਲ ਦਿਖਾਉਂਦੇ ਰਹੇ ਨਾ ਪਿੱਛੇ ਜੇ ਇੱਕ ਮੁੰਡੇ ਦਾ ਨਾ ਵਿਆਹ ਹੋਇਆ ਸੀ ਨਵਾਂ ਨਵਾਂ ਤਾਂ ਉਕਰ ਵਾਲੀ ਬੈੱਡ ਤੇ ਸੁੱਤੀ ਪਈ ਉਹ ਡਰਾਅਰ ਖੋਲ ਕੇ ਦਿਖਾ ਰਿਆ ਵੀ ਦੇਖੋ ਇਹਦੇ ਕੋਲ ਇੰਨੇ ਆ ਜੁੱਤੀਆਂ ਨੇ ਇਹਦੇ ਕੋਲ ਇੰਨਾ ਮੇਕਅਪ ਦਾ ਸਮਾਨ ਆ ਇਹਦੇ ਕੋਲ ਇੰਨਾ ਫਲਾਣਾ ਮਤਲਬ ਕਿੰਨੀ ਬਿਸ਼ਰਮਗੀਰੀ ਤੱਕ ਤੁਸੀਂ ਆ ਗਏ ਨਾ ਵੀ ਤੁਹਾਨੂੰ ਸੱਚੀ ਹੋਈ ਨਹੀਂ ਪਤਾ ਵੀ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਘਰ ਵਾਲੀ ਬੈਡਰੂਮ ਚ ਸੁੱਤੀ ਪਈ ਆ ਪਹਿਲਾਂ ਤੁਸੀਂ ਪੂਰੀ ਉਹਨੂੰ ਦਿਖਾ ਰਹੇ ਹੋ ਫਿਰ ਤੁਸੀਂ ਉਹਦਾ ਡਰਾਅਰ ਦਿਖਾ ਰਹੇ ਹੋ ਹਨ ਤੇ ਕੱਲ ਨੂੰ ਤੁਹਾਨੂੰ ਕੋਈ ਇੱਕ ਵੀ ਪੱਦਾ ਕਮੈਂਟ ਕਰ ਜੂ ਫਿਰ ਤੁਹਾਨੂੰ ਮਤਲਬ ਆਪਾਂ ਕਹਿੰਦੇ ਸਾਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਵੀ ਤੁਸੀਂ ਘਰ ਕਿਵੇਂ ਦਿੱਤਾ ਨਾ ਜਿਹੜੀ ਚੀਜ਼ ਤੁਸੀਂ ਲੋਕਾਂ ਨੂੰ ਖੁਦ ਆਫਰ ਕਰ ਰਹੇ ਹੋ ਫਿਰ ਉਹਦੇ ਤੇ ਤੁਹਾਨੂੰ ਮੈਨੂੰ ਲੱਗਦਾ ਇਤਰਾਜ਼ ਤਾਂ ਬਾਅਦ ਚੋਂ ਹੋਣਾ ਨਹੀਂ ਚਾਹੀਦਾ ਤੇ ਦੂਜਾ ਮਤਲਬ ਜਿਹੜੇ ਉਹਨਾਂ ਦੇ ਵੀਊਜ਼ ਹੁੰਦੇ ਨੇ ਉਹ ਤਾਂ ਸਾਡੇ ਵਰਗੇ ਹੀ ਦਿੰਦੇ ਨੇ ਹੈਨਾ ਤਾਂ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਵੀ ਥੋੜਾ ਸੋਚਣ ਦੀ ਲੋੜ ਆ ਵੀ ਅਸੀਂ ਕਿਹੜੀ ਚੀਜ਼ ਦੇਖਣੀ ਆ ਕਿਹੜੀ ਚੀਜ਼ ਨਹੀਂ ਦੇਖਣੀ ਹੈ ਨਾ ਕਈ ਵਾਰ ਜਦੋਂ ਕੋਈ ਬਹੁਤ ਚੰਗੀ ਚੀਜ਼ ਤੁਸੀਂ ਬੜੀ ਮਿਹਨਤ ਨਾਲ ਬਣਾਉਨੇ ਹੋ ਨਾ ਆਪਾਂ ਨੂੰ ਜਦੋਂ ਨਹੀਂ ਵੀ ਹੁੰਦੀ ਆਪਾਂ ਨੂੰ ਬੜਾ ਦੁੱਖ ਲੱਗਦਾ ਹੈ ਨਾ ਉੱਥੇ ਜਦੋਂ ਤੁਸੀਂ ਦੇਖਦੇ ਹੋ ਨਾ ਵੀ ਕਿਸੇ ਦਾ ਵੈਸੇ ਘੁੰਮਣ ਗਿਆ ਦਾ ਕਿਸੇ ਕਿਤੇ ਮੱਥਾ ਟੇਕਣ ਗਿਆ ਦਾ ਇੱਕ ਬਲੌਗ ਸੀਗਾ ਵੀ ਉਹ ਘੰਟੇ ਦੇ ਵਿੱਚ ਉਹਨਾਂ ਨੂੰ 2.5 ਲੱਖ ਵਿਊ ਆ ਗਏ ਨਾ ਫਿਰ ਤੁਹਾਨੂੰ ਬੜਾ ਦੁੱਖ ਹੁੰਦਾ ਵੀ ਦੇਖਣ ਵਾਲੇ ਵੀ ਇਹੀ ਚੀਜ਼ਾਂ ਦੇਖਦੇ ਨੇ ਉਹਨਾਂ ਨੂੰ ਵੀ ਦਿਮਾਪਾ ਕਹਿੰਦੇ ਉਹਨਾਂ ਦੇ ਕਿ ਪਿੰਡਾਂ 'ਚ ਆਪਣੇ ਆਲੇ-ਦਾਲੇ ਆਂਡ-ਗਵੰਡ ਸੁਹੀ ਲੰਦਾ ਰਹਿੰਦਾ ਫਲਾਣਿਆਂ ਦੇ ਕੌਣ ਆਏ ਸੀ ਫਲਾਣਿਆਂ ਦਾ ਕੌਣ ਗਿਆ ਹਨਾ ਇਹਨਾਂ ਦੇ ਘਰੇ ਕੀ ਧਰਿਆ ਕੀ ਨਹੀਂ ਤੇ ਅੱਜ ਕੀ ਖਰੀਦ ਕੇ ਲੈ ਕੇ ਆਏ ਨੇ ਸੋ ਉਹ ਉਦੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੇ ਤਾਂ ਹੁਣ ਉਹ ਉਹ ਉਹੀ ਜਿਹੜੀ ਸਾਈਕਿਓ ਬਲੌਗਸ ਦੇ ਵਿੱਚ ਆ ਵੀ ਸਾਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਦੇਖਣਾ ਇੰਨਾ ਚੰਗਾ ਲੱਗਣ ਲੱਗ ਗਿਆ ਵੀ ਅਸੀਂ ਬਲੌਗ ਮਤਲਬ ਬਲੌਗਸ ਨੂੰ ਇੱਕ ਕਿੱਤਾ ਬਣਾ ਲਿਆ ਨਾ ਜਦ ਬਲੌਗਰਸ ਨੂੰ ਅਸੀਂ ਸੈਲੀਬ੍ਰਿਟੀ ਬਣਾ ਲਿਆ ਵੀ ਉਹਨਾਂ ਨੂੰ ਅਸੀਂ ਇੰਨੇ ਜ਼ਿਆਦਾ ਵਿਊਜ਼ ਦੇਤੇ ਨੇ ਤਾਂ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਅਸੀਂ ਕੀ ਦੇਖ ਰਹੇ ਹਾਂ ਮੈਨੂੰ ਲੱਗਦਾ ਵੀ ਜਿਹੜੀ ਗੱਲ ਆਪਾਂ ਕਰਨੀ ਚਾਹੁੰਦੇ ਆ ਉਹ ਇਹੀ ਆ ਵੀ ਜਿਹੜੇ ਲੋਕ ਦੇਖ ਕੇ ਪ੍ਰਭਾਵਿਤ ਹੋ ਰਹੇ ਨੇ ਜਿਹੜੇ ਆਪਸ ਚ ਉਹਨਾਂ ਚੀਜ਼ਾਂ ਦਾ ਕਲੇਸ਼ ਪਾ ਰਹੇ ਨੇ ਜਾਂ ਮਨ ਚ ਅਸੀਂ ਮਤਲਬ ਸਾਨੂੰ ਲੱਗਦਾ ਵੀ ਅਸੀਂ ਸਾਡੇ ਚ ਅਸੰਤੁਸ਼ਟੀ ਆ ਰਹੀ ਆ ਵੀ ਸਾਡੀ ਜ਼ਿੰਦਗੀ ਚ ਇਹ ਸਾਰਾ ਕੁਝ ਨਹੀਂ ਹੈ ਨਾ ਤਾਂ ਮੈਨੂੰ ਲੱਗਦਾ ਮਤਲਬ ਦੋ ਤਿੰਨ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਸਿੱਖ ਲੈਣੀਆਂ ਚਾਹੀਦੀਆਂ ਵੀ ਜੇ ਆਪਾਂ ਕੋਸਟਿਊਮ ਦੀ ਗੱਲ ਕਰੀਏ ਤਾਂ ਇਹਨਾਂ ਦੇ ਅੱਧੇ ਤੋਂ ਜ਼ਿਆਦਾ ਕੱਪੜੇ ਜਿਹੜੇ ਸਪான்ਸਰਡ ਹੁੰਦੇ ਆ ਹਨ ਬਹੁਤ ਸਾਰੇ ਤੋਹਫੇ ਇਹਨਾਂ ਨੂੰ ਮਿਲਦੇ ਰਹਿੰਦੇ ਆ ਜੇ ਕਿਸੇ ਨੂੰ ਕਿਸੇ ਦੀ ਘਰ ਵਾਲੀ ਮਤਲਬ ਸਾਰਾ ਦਿਨ ਬਲੌਗ 'ਚ ਕੰਮ ਕਰਦੀ ਦੇਖਣੀ ਸੋਹਣੀ ਲੱਗਦੀ ਆ ਤਾਂ ਉਹਨੂੰ ਪਹਿਲੀ ਇੱਕ ਝਾਤ ਆਪ ਦੇ ਘਰੇ ਮਾਰਨੀ ਚਾਹੀਦੀ ਆ ਵੀ ਤੇਰੀ ਵੀ ਸਾਰਾ ਦਿਨ ਘਰੇ ਇਹੀ ਕੰਮ ਕਰਦੀ ਆ ਬਸ ਫਰਕ ਇਹ ਆ ਵੀ ਉਹ ਬਲੌਗ ਨਹੀਂ ਬਣਾ ਰਹੀ ਹੈ ਨਾ ਜੇ ਕਿਸੇ ਕੁੜੇ ਨੂੰ ਲੱਗਦਾ ਕਿ ਕੋਈ ਮੁੰਡਾ ਮਤਲਬ 10 ਤਰ੍ਹਾਂ ਦੇ ਫਿਲਟਰ ਲਾ ਕੇ ਬਲੌਗ ਬਣਾ ਰਿਹਾ ਉਹ ਬੜਾ ਸਮਾਰਟ ਲੱਗ ਰਿਹਾ ਉੱਥੇ ਹੈ ਨਾ ਤੇ ਉਹ ਅਕੀਰ ਰੈਡੀ ਮੂ ਤਰ੍ਹਾਂ ਤਰ੍ਹਾਂ ਦੇ ਗਿਫਟ ਲੈ ਕੇ ਦੇ ਰਿਹਾ ਗਿਫਟ ਲੈ ਕੇ ਦੇ ਰਿਹਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇੰਨਾ ਕੁਝ ਨਾ ਪਰ ਜ਼ਿੰਦਗੀ 'ਚ ਤੁਹਾਡੇ ਘਰ ਵਾਲੇ ਨੇ ਵੀ ਕੁਝ ਤਾਂ ਤੁਹਾਡੇ ਲਈ ਵਧੀਆ ਕੀਤਾ ਹੋਊਗਾ ਹਨ ਤੇ ਜੋ ਜ਼ਿੰਦਗੀ ਤੁਹਾਡੀ ਆ ਤੁਸੀਂ ਮੈਨੂੰ ਲੱਗਦਾ ਤੁਹਾਨੂੰ ਉਹ ਸਵੀਕਾਰ ਕਰ ਲੈਣੀ ਚਾਹੀਦੀ ਹੈ ਜੇ ਉਹਦੇ 'ਚ ਹਾਂ ਕੋਈ ਕੁੱਟਮਾਰ ਵਾਲਾ ਇਹ じゃ ਕੋਈ ਨਹੀਂ ਚੱਲ ਰਿਹਾ ਜਾਂ ਤੁਸੀਂ ਇੱਕ ਦੂਜੇ ਨੂੰ ਕੋਈ ਧੋਖਾ ਫਰੇਬ ਨਹੀਂ ਦੇ ਰਹੇ ਹਨ ਤਾ ਜ਼ਿੰਦਗੀ ਮਤਲਬ ਇਹੀ ਹੁੰਦੀ ਆ ਜੋ ਅਸੀਂ ਜਿਉ ਰਹੇ ਆ ਜੇ ਦੇਖ ਦੇ ਕੇ ਤਾਂ ਆਪਣੇ ਕਹਿੰਦੇ ਹੁੰਦੇ ਆ ਨਾ ਵੀ ਉੱਚੇ ਨੂੰ ਦੇਖ ਕੇ ਤੁਸੀਂ ਨਹੀਂ ਜਿਉ ਸਕਦੇ ਹਮੇਸ਼ਾ ਨੀਵੇਂ ਵੱਲ ਤੁਹਾਨੂੰ ਦੇਖਣਾ ਪੈਂਦਾ ਮੇਰੇ ਲਈ ਤਾਂ ਹੁਣ ਨੀਵੇਂ ਨੂੰ ਵੀ ਨਾ ਦੇਖੋ ਕੱਲਾ ਆਪਣੇ ਆਪ ਨੂੰ ਹੀ ਦੇਖ ਲਓ ਤੁਸੀਂ ਤੇ ਇਹ ਸਾਰੀਆਂ ਚੀਜ਼ਾਂ ਇਹ ਬਿਲਕੁਲ ਇੱਕ ਮਤਲਬ ਫਿਲਮ ਤਰ੍ਹਾਂ ਇੱਕ ਪਰਮਾ ਸਾਡੇ ਆਲੇ ਦੁਆਲੇ ਜਿਹੜਾ ਸਿਰਜਿਆ ਜਾਂਦਾ ਤੇ ਅਸੀਂ ਉਹ ਚ ਇੰਨਾ ਜ਼ਿਆਦਾ ਨਹੀਂ ਸਾਨੂੰ ਪ੍ਰਭਾਵਿਤ ਹੋ ਲੈਣਾ ਚਾਹੀਦਾ ਵੀ ਅਸੀਂ ਆਪਣੇ ਆਪ ਨੂੰ ਬੇਮੈਨ ਲੱਗਣ ਲੱਗ ਜਾਈਏ ਨਾ ਜਿਵੇਂ ਮੈਂ ਤੁਹਾਨੂੰ ਪਰਸੋ ਚ ਉਥੇ ਗਿਆ ਸੀ ਕਿ ਹੁਣ ਬਲੌਗਸ ਨੇ ਜਿਹੜੇ ਇਹਨਾਂ ਨੂੰ ਦੇਖ ਦੇਖ ਕੇ ਮਤਲਬ ਇੰਨਾ ਲੋਕਾਂ ਦਾ ਦਿਮਾਗ ਖਰਾਬ ਹੋ ਜਾਊਗਾ ਵੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਬਲੌਗਰ ਤਾਂ ਆਪਦਾ ਬੱਚਾ ਵੀ ਉਦੋਂ ਹੀ ਚੱਕਦਾ ਜਦੋਂ ਉਹਨੇ ਬਲੌਗ ਬਣਾਉਣਾ ਹੁੰਦਾ ਨਾ ਬਾਕੀ ਟਾਈਮ ਉਹ ਵੜਾ ਦਿੰਦਾ ਵੀ ਇਹਨੂੰ ਪੜੋਣ ਮੇਰਾ ਕੰਮ ਚੱਲ ਰਿਹਾ ਹੈ ਨਾ ਤੇ ਇਹੋ ਜੀ ਜ਼ਿੰਦਗੀ 'ਚ ਨਾ ਜਦੋਂ ਤੁਸੀਂ ਵੜੋਂਗੇ ਤੁਹਾਨੂੰ ਫੇਰ ਹੀ ਪਤਾ ਲੱਗੂ ਕਿ ਇਹ ਜ਼ਿੰਦਗੀ ਤੁਹਾਡੀ ਜ਼ਿੰਦਗੀ ਨਾਲੋਂ ਕਿੰਨੀ ਭੈੜੀ ਆ ਜਿੱਥੇ 24 ਘੰਟੇ ਤੁਹਾਨੂੰ ਇਹ ਹੀ ਡਰ ਲੱਗਿਆ ਰਹਿੰਦਾ ਵੀ ਮੈਂ ਤਿਆਰ ਹੋ ਕੇ ਰਹਿਣਾ ਮੈਂ ਇੱਕ ਦੂਜੇ ਨੂੰ ਚੰਗਾ ਹੀ ਬੋਲਣਾ ਮੈਂ ਇਸ ਵੜੇ ਐਨਾ ਪ੍ਰੈਜ਼ੈਂਟੇਬਲ ਰਹਿਣਾ ਤਾਂ ਉਹ ਇੱਕ ਫੇਕ ਜੀ ਜ਼ਿੰਦਗੀ ਤੋਂ ਮੈਨੂੰ ਲੱਗਦਾ ਕੀ ਤੁਸੀਂ ਕੀ ਜਿਉ ਕੇ ਜਾਉਂਗੇ ਦੁਨੀਆ ਬਟਨ ਦੀ ਆਵਾਜ਼ ਤੁਹਾਨੂੰ ਇਹ ਵੀ ਲੱਗਦਾ ਹਰ ਟਾਈਮ ਤੁਹਾਡਾ ਕੈਮਰਾ ਆਨ ਰਹਿਣਾ ਚਾਹੀਦਾ ਮੈਨੂੰ ਤਾਂ ਵੀ ਹੁੰਦਾ ਵੀ ਫੋਨ ਤੇ ਕੈਮਰਾ ਚਾਰਜ ਕਿਵੇਂ ਕਰਦੇ ਹੋਣਗੇ ਨਾ ਇੰਨਾ ਯੂਜ਼ ਕਰਨ ਤੋਂ ਬਾਅਦ ਜਦੋਂ ਤੁਸੀਂ ਹੁਣੇ ਕਿਹਾ ਸੀ ਵੀ ਜਦੋਂ ਆਪਾਂ ਮਤਲਬ 10 ਮਿੰਟ ਲਈ ਵੀ ਮੇਕਅਪ ਕਰਦੇ ਤਾਂ ਮੈਨੂੰ ਐ ਲੱਗਦਾ ਮੇਰਾ ਮੂੰਹ ਜਕੜਿਆ ਜਾਂਦਾ ਹਨ ਤੇ ਮੈਂ ਤੁਹਾਨੂੰ ਕਹਿੰਦੀ ਮੈਨੂੰ ਐ ਲੱਗਣ ਲੱਗ ਜਾਂਦਾ ਵੀ ਜਿਵੇਂ ਕਿਸੇ ਨੇ ਮੇਰੇ ਮੂੰਹ ਤੇ ਮਤਲਬ ਪੇਂਟ ਕਰਤਾ ਹੁੰਦਾ ਹਨ ਤੇ ਮੈਨੂੰ ਲੱਗਦਾ ਵੀ ਇਹ ਲੋਕਾਂ ਦਾ ਕੀ ਹਾਲ ਹੁੰਦਾ ਕਿ ਚਮੜੀ ਤਾਂ ਸਾਹ ਲੈਂਦੀ ਹੀ ਨਹੀਂ ਹੁੰਨੀ ਵਿਚਾਰੀ ਸਾਰਾ ਦਿਨ ਹਨਾ ਇੱਕ ਇੱਕ ਜਿਵੇਂ ਆਪਾਂ ਕਹਿੰਨੇ ਵੀ ਸੋਸ਼ਲ ਮੀਡੀਆ ਤੇ ਲੋਕ ਲਿਖ ਰਹੇ ਆ ਕਹਿੰਦੇ ਵੀ ਅੱਜ ਕੱਲ ਜਦੋਂ ਮੁੰਡੇ ਕੁੜੀ ਦਾ ਵਿਆਹ ਹੋਇਆ ਕਰੂ ਵੀ ਸਭ ਤੋਂ ਅਹਿਮ ਸਵਾਲ ਇਹ ਹੋਇਆ ਕਰੂਗਾ ਵੀ ਭੈਣ ਜੀ ਤੁਹਾਡੀ ਨੂ ਦਾ ਚੈਨਲ ਮੋਨਟਾਈਜ਼ ਹੋ ਗਿਆ ਬਿਲਕੁਲ ਹੁਣ ਮੈਨੂੰ ਲੱਗਦਾ ਕਿ ਅੱਗੇ ਲੋਕ ਪੁੱਛਦੇ ਹੁੰਦੇ ਸੀ ਕਿ ਕੁਆਲੀਫਿਕੇਸ਼ਨ ਕੀ ਆ ਕੁੜੀ ਕੀ ਕਰਦੀ ਆ ਰੋਟੀ ਬਾਣੀ ਬਣਾ ਲੈਂਦੀ ਆ ਤੇ ਕੱਲ ਕਿਸੇ ਨੇ ਕਿ ਮਤਲਬ ਇੱਕ ਪੋਸਟ ਤੇ ਕਮੈਂਟ ਕੀਤਾ ਕਹਿੰਦਾ ਹੁਣ ਉਹਨੇ ਕਹਿਣਾ ਰੋਟੀ ਬਾਣੀ ਛੱਡੋ ਅਸੀਂ ਕਰਨਾਗੇ ਲੱਕ ਲੁੱਕੇ ਲਾ ਲੈਂਦੀ ਹਾਂ ਹਾਂ ਸਹੀ ਗੱਲ ਵਲੌਗ ਬਣਾ ਲੈਂਦੀ ਆ ਨਾ ਤੇ ਇਹ ਚੀਜ਼ਾਂ ਵੀ ਕਿੰਨੇ ਅਜੀਬ ਨੇ ਹਨਾ ਕਿ ਮਤਲਬ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਨੋਆ ਧੀਆ ਨੇ ਜੜੀਆਂ ਉਹਦੇ ਬਾਰੇ ਕੋਈ ਦੂਜਾ ਬੰਦਾ ਗੱਲ ਵੀ ਕਰ ਜਾਂਦਾ ਸੀ ਤਾਂ ਕਤਲ ਤੱਕ ਹੋ ਜਾਂਦੇ ਹੁੰਦੇ ਸੀ ਹੈਨਾ ਤੇ ਹੁਣ ਮੈਨੂੰ ਲੱਗਦਾ ਲੱਕੀ ਆਪ ਹੀ ਦਿਖਾਈ ਜਾਂਦੇ ਹਨ ਸੋ ਇਹ ਜ਼ਰੂਰੀ ਆ ਵੀ ਜੋ ਤੁਸੀਂ ਦੇਖ ਰਹੇ ਹੋ ਦੇਖਣ ਵਾਲੇ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਦਿਖਾਉਣ ਵਾਲੇ ਤੋਂ ਪਹਿਲਾਂ ਕਿ ਜੋ ਤੁਸੀਂ ਦੇਖ ਰਹੇ ਹੋ ਉਹ ਤੁਹਾਡੀ ਮਾਨਸਿਕਤਾ ਤੇ ਕੀ ਅਸਰ ਕਰ ਰਿਹਾ ਕੀ ਜੋ ਤੁਸੀਂ ਦੇਖ ਰਹੇ ਹੋ ਉਹ ਤੁਹਾਨੂੰ ਆਰਾਮ ਦੇ ਰਿਹਾ ਜਾਂ ਜੋ ਤੁਸੀਂ ਦੇਖ ਰਹੇ ਹੋ ਦੇਖਣ ਤੋਂ ਬਾਅਦ ਤੁਸੀਂ ਬੇਚੈਨ ਹੋ ਰਹੇ ਹੋ ਜੇ ਤੁਸੀਂ ਬੇਚੈਨ ਹੋ ਰਹੇ ਤਾਂ ਯਕੀਨਨ ਤੁਸੀਂ ਕੁਝ ਗਲਤ ਦੇਖਿਆ ਜਾਂ ਗਲਤ ਸੁਣਿਆ ਸੋ ਉਹਨੂੰ ਉਸੇ ਟਾਈਮ ਉੱਥੇ ਦੇਖਣਾ ਬੰਦ ਕਰ ਦਿਓ ਤੁਸੀਂ ਤੇ ਦੂਸਰੇ ਬਲੌਗਰਜ਼ ਨੂੰ ਵੀ ਇਹ ਜ਼ਰੂਰੀ ਸੋਚਣਾ ਚਾਹੀਦਾ ਕਿ ਜਾਣੇ ਅਣਜਾਣੇ 'ਚ ਤੁਹਾਡੀ ਕਹੀ ਜਾਂ ਦਿਖਾਈ ਹੋਈ ਚੀਜ਼ ਜਾਂ ਤੁਹਾਡਾ ਕੋਈ ਕੀਤਾ ਐਕਟ ਸਾਹਮਣੇ ਵਾਲੇ ਬੰਦੇ ਦੇ ਉੱਪਰ ਕੀ ਅਸਰ ਕਰ ਸਕਦਾ ਤੁਸੀਂ ਇੱਕ ਦੂਜੇ ਨੂੰ ਬਹੁਤ ਚਾਹੁੰਦੇ ਹੋ ਬਹੁਤ ਚੰਗੀ ਗੱਲਾਂ ਚਾਹੁੰਦੇ ਰਹਿਣਾ ਚਾਹੀਦਾ ਜਾਂ ਇਦਾਂ ਹੀ ਤੁਸੀਂ ਚਾਹੁੰਦੇ ਰਹੋ ਪਰ ਉਹ ਜਿਹੜੀਆਂ ਕੁਝ ਚੀਜ਼ਾਂ ਸਾਨੂੰ ਦਿਖਾਉਣੀਆਂ ਚਾਹੀਦੀਆਂ ਨੇ ਕਿਉਂਕਿ ਇਜ਼ਹਾਰ ਪਿਆਰ ਆ ਇਹ ਤਾਂ ਮਤਲਬ ਸਾਰੀ ਉਮਰ ਤੁਸੀਂ ਨਾਲ ਰਹੋਗੇ ਤੇ ਰਹਿਣਾ ਹੀ ਰਹਿਣਾ ਵਾ ਹਨ ਸੋ ਸਾਰੀਆਂ ਚੀਜ਼ਾਂ ਵੀ ਕੈਮਰੇ ਤੇ ਦਿਖਾਉਣੀਆਂ ਜ਼ਰੂਰੀ ਨਹੀਂ ਹੁੰਦੀਆਂ ਹੋ ਸਕਦਾ ਤੁਸੀਂ ਉੱਥੇ 2000 ਦਾ ਬੁਕੇ ਅਫੋਰਡ ਕਰ ਸਕਦੇ ਹੋ ਪਰ ਜਿਹੜਾ ਬੰਦਾ ਤੁਹਾਨੂੰ ਦੇਖ ਰਿਹਾ ਹੋ ਸਕਦਾ ਉਹ ਨਾ ਵੀ ਕਰ ਸਕਦਾ ਹੋਵੇ ਹੋ ਸਕਦਾ ਹੈ ਕਿ ਤੁਸੀਂ ਹਰ ਮਹੀਨੇ ਬ੍ਰਾਂਡਡ ਕੱਪੜਿਆਂ ਦੀ ਸ਼ਾਪਿੰਗ ਅਫੋਰਡ ਕਰ ਸਕਦੇ ਹੋ ਮੋ ਪਰ ਜੋ ਤੁਹਾਨੂੰ ਦੇਖ ਰਿਹਾ ਸ਼ਾਇਦ ਉਹ ਨਾ ਕਰ ਸਕਦਾ ਹੋਵੇ ਸੋ ਉਹਨਾਂ ਦਾ ਇਸ ਚੀਜ਼ ਦਾ ਉਹਨਾਂ ਦੇ ਉੱਪਰ ਜਾਂ ਉਹਨਾਂ ਦੇ ਰਿਸ਼ਤੇ ਦੇ ਉੱਪਰ ਜਾਂ ਉਹਨਾਂ ਦੇ ਘਰਾਂ 'ਚ ਕੀ ਅਸਰ ਹੁੰਦਾ ਹੋਊਗਾ ਇਸ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਬਾਕੀ ਬਲੌਗ ਬਣਾਓ ਤੁਸੀਂ ਜਿਹਦੇ ਵਿੱਚ ਕੋਈ ਗੱਲ ਸੁਣਨ ਲਾਇਕ ਜਾਂ ਦੇਖਣ ਲਾਇਕ ਹੋਵੇ ਕੋਈ ਜਾਣਕਾਰੀ ਹੋਵੇ ਜਾਂ ਫਿਰ ਬਹੁਤ ਹੀ ਹੈਲਦੀ ਜਾਂ ਕੋਈ ਐਂਟਰਟੇਨਮੈਂਟ ਹੋਵੇ ਚੰਗੀ ਗੱਲ ਆ ਤੁਸੀਂ ਕਰਦੇ ਰਹੋ ਪਰ ਥੋੜਾ ਤਾਂ ਸਾਨੂੰ ਸੋਚਣ ਦੀ ਲੋੜ ਆ ਕਿ ਕਿਤੇ ਸਾਡਾ ਕੋਈ ਦਿਖਾਈ ਹੋਈ ਚੀਜ਼ ਸਾਡੀ ਕੋਈ ਕਹੀ ਗੱਲ ਦੂਜੇ ਬੰਦੇ ਦੇ ਉੱਪਰ ਗਲਤ ਅਸਰ ਨਾ ਕਰ ਜਾਵੇ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਦੇਖਣ ਵਾਲਿਆਂ ਦੀ ਬਣਦੀ ਆ ਬਹੁਤ ਚੰਗਾ ਕੰਟੈਂਟ ਆ ਜਿਹੜਾ ਕਿ ਪਿਆ ਹੋਇਆ ਸੋਸ਼ਲ ਮੀਡੀਆ ਜੇ ਤੁਸੀਂ ਦੇਖਦੇ ਹੋ ਨਹੀਂ ਤੁਸੀਂ ਦੇਖਣਾ ਤੁਸੀਂ ਚੰਗੀ ਕਿਤਾਬ ਪੜ੍ਹ ਲਓ ਕੋਈ ਤੁਸੀਂ ਵੈਸੇ ਆਪਣੇ ਆਲੇ ਦੁਆਲੇ ਤੁਸੀਂ ਖੁਦ ਘੁੰਮਣ ਨਿਕਲ ਜਾਓ ਕਿਤੇ ਕੋਸ਼ਿਸ਼ ਜੇ ਐਕਸਪੀਰੀਅੰਸ ਤੁਸੀਂ ਖੁਦ ਕਰਨੇ ਸ਼ੁਰੂ ਕਰੋ ਤੁਹਾਡਾ ਆਪੇ ਬਹੁਤ ਮਨ ਨਿਰੰਝਨ ਹੋ ਜਾਊਗਾ ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਗੁਰਦੀਪ ਗਰੇਵਾਲ ਤੇ ਪੰਡ ਰਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਆਪਾਂ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ